ਚੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਾਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਤੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਹੀ ਮੈਡਮ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰੇ ਹੱਥਾਂ ਵਾਲੇ ਦੇਖੋ ਟਾਣਾ ਸਾਹਿਬ ਉਂਗਲ ਦੁਖ ਰਹੀ ਹਾਂ ਮੇਰੇ 발 ਨੇ ਉਧਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂਜੀ ਠੀਕ ਆ ਪਰਵਾਹ ਠੀਕ ਆ ਹਾਂਜੀ ਠੀਕ ਆ ਚਲੋ ਕੋਈ ਚੱਜ ਦੀ ਗੱਲ ਕਰੋ ਹਾਂ ਫੇ ਤੁਸੀਂ ਕਰੋ ਸ਼ੁਰੂ ਜੀ ਮੈਨੂੰ ਐਸਾ ਗਦੀ ਘੇੜ ਚ ਪਾ ਦਿੰਨੇ ਹੋ ਨਾ ਮੈਂ ਸਾਰਾ ਕੁਝ ਹੀ ਭੁੱਲ ਜਾਂਦੀ ਆ ਮੈਂ ਕੀ ਕਹਿਣਾ ਸੀ ਕੀ ਕਰਨਾ ਸੀ ਕੀ ਗੱਲ ਸੀ ਕੀ ਕੀ ਕਹਿਣਾ ਸੀ ਉਹ ਚੱਜ ਦਾ ਵਿਚਾਰ ਕਹਿਣਾ ਕੀ ਕਰਨਾ ਸੀ ਚੱਜ ਦਾ ਵਿਚਾਰ ਕਰਨਾ ਆ ਹਰ ਗੱਲ ਦਾ ਉੱਤਰ ਇੱਥੇ ਆ ਕੇ ਚੱਜ ਦਾ ਵਿਚਾਰ ਦੇ ਆਲੇ ਦੁਆਲੇ ਘੁੰਮਦਾ ਅੱਛਾ ਜੀ ਹਾਂਜੀ ਹੋਰ ਸੁਣਾਓ ਫਿਰ ਮੈਂ ਤਾਂ ਠੀਕ ਆ ਮੌਸਮ ਕਿਵੇਂ ਆ ਮੌਸਮ ਬੜਾ ਗਰਮ ਜੀ ਸੱਚੀ ਇੰਨੀ ਕ ਗਰਮੀ ਆ ਵੀ ਪੁੱਛੋ ਕੁਛ ਨਾ ਤੇ ਗਰਮੀ ਹੁੰਦਾ ਗੱਗੇ ਦੇ ਪੈਰ 'ਚ ਬਿੰਦੀ ਲਾਇਆ ਕਰੋ ਗਰਮ ਹਾਂ ਤੇ ਗਰਮੀ ਬੇਹੱਦ ਹੈਗੀ ਆ ਤੇ ਮੌਸਮ ਵਿਭਾਗ ਦੀ ਪੁਵੈਖਬਾਣੀ ਇਹ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਕਿਤੇ ਸੰਭਾਵਨਾ ਹੈ ਨਹੀਂ ਅੱਛਾ ਜੀ ਤੇ ਮਤਲਬ ਹਾਲੇ ਇਦਾਂ ਹੀ ਗਰਮੀ ਦੇ ਵਿੱਚ ਤੜਫਣਾ ਪਊਗਾ ਇਸੇ ਤਰੀਕੇ ਨਾਲ ਝੁਲਸਣਾ ਪਊਗਾ ਆਪਣਾ हां तड़फड़ा ਇਵੇਂ ਪਾਊਗਾ ਤੇ ਝੁਲਸਣੇ ਦੇ ਬਾਰੇ ਮੈਨੂੰ ਪਤਾ ਨਹੀਂਗਾ ਉਹ ਤਾਂ ਕਈ ਬੰਦੇ ਹੋ ਸਕਦਾ ਵੀ ਵੇਖ ਕੇ ਇੱਕ ਦੂਜੇ ਨੂੰ ਝੁਲਸ ਜਾਣ ਵਾਕਈ ਵਾਕਈ ਇਹੋ ਜੇ ਬਹੁਤ ਸਾਰੇ ਲੋਕ ਤੁਹਾਨੂੰ ਆਲੇ ਦੁਆਲੇ ਲੱਭ ਜਾਂਦੇ ਨੇ ਸੁਟਾਣਾ ਸਾਹਿਬ ਚਾਹੀਦੇ ਵਿਚਾਰ ਦੀ ਸਾਂਝ ਪਾਈ ਹੈ ਇਹ ਜ਼ਿੰਦਗੀ ਹੈ ਮਰਨੇ ਸੇ ਪਹਿਲੇ ਜੀਣਾ ਜ਼ਰੂਰ ਸਿਖਾਤੀ ਵਾਹ ਇਹ ਜੋ ਜ਼ਿੰਦਗੀ ਹੈ ਇਹ ਮਰਨੇ ਸੇ ਪਹਿਲੇ ਜੀਣਾ ਜ਼ਰੂਰ ਸਿਖਾਤੀ ਹੈ ਤੇ ਇਹ ਗੱਲ ਉਹਨਾਂ ਦੇ ਉੱਤੇ ਲਾਗੂ ਹੁੰਦੀ ਹੈ ਜਿਹੜੇ ਕਹਿੰਦੇ ਨੇ ਬਸ ਮਰ ਜਾਣਾ ਹਮ ਮਰੇ ਬਿਨਾ ਹੱਲ ਹੀ ਕੋਈ ਨਹੀਂ ਹੁਣ ਤਾਂ ਮੁਸੀਬਤਾਂ ਦਾ ਪਹਾੜ ਇਹੋ ਜਿਹਾ ਡਿੱਗ ਪਿਆ ਜਿਹੜੀ ਇਹ ਜ਼ਿੰਦਗੀ ਹੈ ਨਾ ਇਹ ਇੰਨੀ ਛੇਤੀ ਬੰਦੇ ਨੂੰ ਮਰਨ ਵੀ ਨਹੀਂ ਦਿੰਦੀ ਜੀ ਤੇ ਮਰਨ ਤੋਂ ਪਹਿਲਾਂ ਜ਼ਿੰਦਗੀ ਜਿਉਣ ਦਾ ਚੱਜ ਸਿਖਾਉਂਦੀ ਆ ਵੀ ਭਾਈ ਕੀ ਕੁਝ ਕਰਨਾ ਸੀਗਾ ਸੋ ਇਸ ਕਰਕੇ ਜਦੋਂ ਆਪਾਂ ਜਾਗੇ ਉਦੋਂ ਸਵੇਰਾ ਹਮ ਨਾ ਤੇਰਾ ਨਾ ਮੇਰਾ ਹਾਂ ਇਸ ਕਰਕੇ ਆਪਾਂ ਕੁਝ ਨਾ ਕੁਝ ਕਰੀਏ ਜਿਉਂਦੇ ਜੀ ਇਹੋ ਜਿਹਾ ਕੁਝ ਕਰ ਜਗੇ ਵੀ ਲੋਕ ਮਗਰੋਂ ਨਾ 4 ਦਿਨ 5 ਦਿਨ 10 ਦਿਨ 20 ਦਿਨ ਚੇਤੇ ਕਰਨ ਬਿਲਕੁਲ ਸਹੀ ਗੱਲ ਹੈ ਪਰ ਟੈਣਾ ਸਾਹਿਬ ਇਹ ਚਾਹੀਦਾ ਵਿਚਾਰ ਤੁਸੀਂ ਪੰਜਾਬੀ ਚ ਵੀ ਦੇ ਸਕਦੇ ਸੀ ਕੋਈ ਗੱਲ ਨਹੀਂ ਮੈਂ ਅਖਿਆ ਚਲੋ ਇਹ ਜਿਹੜੀ ਜ਼ਿੰਦਗੀ ਹੈ ਇਹ ਮਰਨ ਤੋਂ ਪਹਿਲਾਂ ਜਿਉਣਾ ਜ਼ਰੂਰ ਸਿਖਾਉਂਦੀ ਮੈਂ ਹਿੰਦੀ ਚ ਪੜਿਆ ਸੀਗਾ ਜੀ ਮੈਂ ਕਿਹਾ ਜੀ ਹਿੰਦੀ ਦੇ ਵਿੱਚ ਆਉਣ ਦਿੰਦੇ ਆ ਆਹਾਂ ਜੀ ਪਰ ਮੇਰੀ ਕੋਈ ਵੀ ਗੁਰਦਾਸ ਮਾਨ ਵਾਲੀ ਭਾਵਨਾ ਨਹੀਂ ਹੈ ਦੇ ਵਿੱਚ ਬਿਲਕੁਲ ਸਹੀ ਹੋਣੀ ਵੀ ਨਹੀਂ ਚਾਹੀਦੀ ਤੁਹਾਡੇ ਤੋਂ ਆਸ ਵੀ ਨਹੀਂ ਕਰਦੇ ਅਸੀਂ ਤੇ ਬਾਕੀ ਹੁਣ ਜਣਾ ਮੈਂ ਚਾਹੀਦਾ ਵਿਚਾਰ ਲੈ ਕੇ ਆਈਏ ਸਾਂਝ ਪਾਈਏ ਕਹਿੰਦੇ ਮੂੰਹ ਦੇ ਉੱਤੇ ਮਾਸਕ ਪਾ ਕੇ ਮੂੰਹ ਦੇ ਉੱਤੇ ਚੰਗੀ ਤਰ੍ਹਾਂ ਮਾਸਕ ਪਾ ਕੇ ਇੱਕ ਵਿਰਦ ਆਸ਼ਰਮ ਦੇ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਏ ਪੁੱਤ ਨੂੰ ਉੱਥੋਂ ਦੇ ਗਾਰਡ ਨੇ ਕਿਹਾ ਉੱਥੋਂ ਦੇ ਸੁਰੱਖਿਆ ਕਰਮਚਾਰੀ ਨੇ ਕਿਹਾ ਜੀ ਵੀ ਤੈਨੂੰ ਤਾਂ ਪੂਰਾ ਮੂੰਹ ਟੱਕ ਕੇ ਆਉਣਾ ਚਾਹੀਦਾ ਬਾਤ ਕੀ ਬਾਤ ਆ ਤੈਨੂੰ ਤਾਂ ਹੈਲਮਟ ਪਾ ਕੇ ਆਉਣਾ ਚਾਹੀਦਾ ਸੀ ਬਿਲਕੁਲ ਤੈਨੂੰ ਤਾਂ ਬੰਦਰ ਟੋਪੀ ਲੈ ਕੇ ਆਉਣਾ ਚਾਹੀਦਾ ਸੀ ਕਉ ਕਿ ਤੇਰੀਆਂ ਕਰਤੂਤਾ ਇਹੋ ਜੀਆਂ ਬਿਲਕੁਲ ਵੈਸੇ ਤੂੰ ਤਾਂ ਇਹ ਕਹਿਣਾ ਵੀ ਭਾਈ ਕੋਰੋਨਾ ਹੁਣ ਆਇਆ ਤੇਰੇ ਲਈ ਤਾਂ ਜਦੋਂ ਦਾ ਜੰਮਿਆ ਉਦੋਂ ਦਾ ਹੀ ਆਇਆ ਜੀ ਬਿਲਕੁਲ ਕਿਉਂਕਿ ਤੂੰ ਕਦੇ ਮਾਪਿਆਂ ਦੀ ਕਦਰ ਹੀ ਨਹੀਂ ਕੀਤੀ ਤੂੰ ਕਿਹੜੇ ਮੂੰਹ ਦੇ ਨਾਲ ਅੱਖ ਮਿਲਾਏਂਗਾ ਤੂੰ ਆਪਣੇ ਮਾਪਿਆਂ ਨੂੰ ਕਿਵੇਂ ਮੂੰਹ ਦਿਖਾ ਸਕਦਾ ਜੀ ਤੂੰ ਕਿਹੜੇ ਚਾਹ ਦੇ ਵਿੱਚ ਇੱਥੇ ਆਇਆ ਜੀ ਜਦੋਂ ਤੂੰ ਮਾਪਿਆਂ ਨੂੰ ਘਰੋਂ ਬਾਹਰ ਕੱਢਿਆ ਉਦੋਂ ਤੇਰਾ ਮੂੰਹ ਕਿਵੇਂ ਸੀ ਹੂੰ ਵੀ ਹੁਣ ਤੂੰ ਕਹਿਣਾ ਵੀ ਮਾਸਕ ਪਾ ਕੇ ਆ ਗਿਆ ਦੇਰੇ ਲਈ ਤਾਂ ਹਮੇਸ਼ਾ ਹੀ ਮਾਸਕਾਲੀ ਗੱਲ ਹੈ ਬਿਲਕੁਲ ਤੇ ਇਹ ਜਿਹੜਾ ਚਾਇਦਾ ਵਿਚਾਰ ਹੈ ਕਹਿਣਾ ਸਾਬੇ ਮੈਨੂੰ ਭੇਜਿਆ ਵਿਜੇ ਅਬਰੋਲ ਹੋਰਾਂ ਨੇ ਲੁਧਿਆਣੇ ਤੋਂ ਤੇ ਇਹ ਜਿਹੜਾ ਚਾਇਦਾ ਵਿਚਾਰ ਜਦੋਂ ਮੈਂ ਪੜਿਆ ਤਾਂ ਮੈਨੂੰ ਲੱਗਿਆ ਵੀ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੀ ਇਹ ਚਾਇਦਾ ਵਿਚਾਰ ਜਿਹੜਾ ਉਹ ਢਲਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨਾ ਆਪਣੇ ਆਪ ਨੂੰ ਕਹਿ ਲੋ ਵੀ ਇਹ ਸ਼ੋਅ ਕਰਦੇ ਨੇ ਦਿਖਾਵਾ ਕਰਦੇ ਵੀ ਨਹੀਂ ਨਹੀਂ ਅਸੀਂ ਤਾਂ ਇਹ ਨਾ ਚੀਜ਼ਾਂ ਦੇ ਖਿਲਾਫ ਆ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਉਹ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਤੇ ਜਿਨ੍ਹਾਂ ਨੇ ਇਸ ਵੇਲੇ ਇਹਨਾਂ ਖੇਤੀ ਆਰਡੀਨੈਂਸਾਂ ਦੇ ਹੱਥ ਦੇ ਵਿੱਚ ਜਿਹੜੇ ਲੋਕ ਭੁਗਤੇ ਨੇ ਤੇ ਕਿਸਾਨਾਂ ਨੂੰ ਉਹਨਾਂ ਦੀ ਪਰਖ ਵੀ ਕਰਨੀ ਚਾਹੀਦੀ ਲੰਬੇ ਸਮੇਂ ਦੇ ਲਈ ਇਹ ਨਾ ਹੋਵੇ ਚਾਰ ਦਿਨਾਂ ਬਾਅਦ ਅਸੀਂ ਫੇਰ ਭੁੱਲ ਜਾਈਏ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਇਹ ਦਰਸ਼ਕ ਧਿਆਨ ਦੇ ਨਾਲ ਗੱਲ ਨੂੰ ਜ਼ਰੂਰ ਸੁਣਨ ਤੇ ਅੱਗੇ ਵੀ ਸਾਂਝੀ ਕਰਨ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਖੇਤੀ ਬਿੱਲਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਹੈ ਜੀ ਵਕਫ ਵਕਫ ਥਾਵਾਂ ਦੇ ਉੱਤੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਆ ਪਰ ਫੇਰ ਵੀ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਗਏ ਆ ਇਸ ਤੋਂ ਬਾਅਦ ਹੁਣੇ ਜਾਣੇ ਹੈਗੇ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਉਹਨਾਂ ਨੇ ਵੀ ਮੋਹਰ ਲਾ ਦੇਣੀ ਹੈ ਤੇ ਫਿਰ ਅਮਲੀ ਰੂਪ ਦੇ ਵਿੱਚ ਬ ਪੰਜਾਬ ਦੇ ਕਿਸਾਨਾਂ ਨੂੰ ਇੱਕ ਬੇਨਤੀ ਹੈ ਕਿ ਗੈਰਤਮੰਦ ਰਹੋ ਗੈਰਤ ਬੰਦ ਨਾ ਹੋ ਜਿਓ ਅੱਜ ਥੋੜੀ ਨਹੀਂ ਸੁਣੀ ਗਈ ਕੱਲ ਨੂੰ ਜਦੋਂ ਵੋਟਾਂ ਮੰਗਣ ਦੇ ਲਈ ਆਏ ਨਾ ਇਹ ਤੁਹਾਡੇ ਖੇਤਾਂ ਦੇ ਵਿੱਚ ਵੀ ਆਉਣਗੇ ਤੁਸੀਂ ਉਦੋਂ ਇੱਕੋ ਗੱਲ ਇਹਨਾਂ ਨੂੰ ਕਹੋ ਵੀ 4 ਕਿੱਲੇ 5 ਕਿੱਲੇ 2 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਦਿਖਾ ਜਿਵੇਂ ਮੋਦੀ ਹੋਰਾਂ ਨੇ ਕਿਹਾ ਵੀ ਖੇਤੀ ਦੇ ਨਾਲ ਇਹ ਦੁੱਗਣਾ ਮੁਨਾਫਾ ਹੋਊਗਾ ਇਹਨਾਂ ਬਿੱਲਾਂ ਦੇ ਨਾਲ ਤਾਂ ਤੁਹਾਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਲਾਭ ਹੋਣਾ ਪਹਿਲਾਂ ਉਦਾਂ ਦਾ ਮੁਨਾਫਾ ਤੇ ਉਦਾਂ ਦੇ ਲਾਭ ਕਮਾ ਕੇ ਦਿਖਾ ਫਿਰ ਤੈਨੂੰ ਵੋਟ ਪਾਵਾਂਗੇ ਬਿਲਕੁਲ ਸਹੀ ਗੱਲ ਹੈ ਇਹਨਾਂ ਨੇ ਤੁਹਾਡੇ ਘਰ ਆ ਕੇ ਰੋਟੀਆਂ ਵੀ ਖਾਣੀਆਂ ਨੇ ਹੱਥ ਵੀ ਜੋੜਨੇ ਨੇ ਤੁਹਾਡੇ ਖੇਤਾਂ ਦੇ ਵਿੱਚ ਵੀ ਆਉਣਗੇ ਵੀ ਆਓ ਤਾਈ ਸਾਨੂੰ ਫੜਾਓ ਤੇ ਅਸੀਂ ਤੁਹਾਡੇ ਨਾਲ ਮਦਦ ਕਰਕੇ ਦਿਖਾਉਨੇ ਆ ਪਰ ਨੇ ਜਿਹੜੇ ਮਖੌਟੇ ਮੂੰਹ ਦੇ ਉੱਤੇ ਪਾਏ ਹੋਣਗੇ ਉਹਨਾਂ ਤੇ ਭੋਰਾ ਵਿਸ਼ਵਾਸ ਨਾ ਕਰਿਓ ਤੇ ਅੱਜ ਜੋ ਸਾਡੇ ਨਾਲ ਵਾਪਰਿਆ ਇਹਨਾਂ ਗੱਲਾਂ ਨੂੰ ਸਦਾ ਮਨ ਦੇ ਵਿੱਚ ਬਿਠਾ ਕੇ ਰੱਖਿਓ ਵੀ ਇਹਨਾਂ ਨੇ ਸਾਡੇ ਨਾਲ ਕੀ ਕੀ ਕੀਤੀ ਤੇ ਅਸੀਂ ਇਹਨਾਂ ਨੂੰ ਮੋੜਵੇਂ ਰੂਪ ਚ ਜਵਾਬ ਕੀ ਕੀ ਦੇਣਾ ਹੈ ਤੇ ਇਹ ਨਾ ਹੋਵੇ ਉਸ ਵਕਤ ਫਿਰ ਉਹੀ ਗੱਲ ਕਰੋ ਵੀ ਭਾਈ ਬੋਤਲ ਮਿਲ ਗਈ ਸਾਡੀ ਤਾਂ ਫਲਾਨੀ ਪਾਰਟੀ ਪੁਰਾਣੀ ਹੈਗੀ ਆ ਅਸੀਂ ਤਾਂ ਖਾਨਦਾਨੀ ਤੌਰ ਤੇ ਉਹਦੇ ਨਾਲ ਜੁੜੇ ਹੋਏ ਆਂ ਸਾਨੂੰ ਤਾਂ ਜੀ ਰੈਲੀ ਦੇ ਵਿੱਚ ਲੈ ਕੇ ਗਏ ਜਾਂ ਫਿਰ ਘਰੇ ਵੀ ਛੱਡ ਕੇ ਗਏ ਆ ਸਾਨੂੰ ਤਾਂ ਠੰਡੇ ਦੀਆਂ ਬੋਤਲਾਂ ਮਿਲ ਗਈਆਂ ਸਾਨੂੰ ਤਾਂ 2000 ਰੁਪਇਆ ਵੋਟ ਦਾ ਮਿਲ ਗਿਆ ਕਿਸਾਨ ਭਾਈਚਾਰੇ ਦੇ ਉੱਤੇ ਸਾਨੂੰ ਬੇਹਦ ਮਾਣ ਪਰ ਆਪਣੀ ਗੈਰਤ ਜਾਗਦੀ ਰੱਖਿਓ ਅੱਜ ਥੋੜੀ ਨਹੀਂ ਪੁੱਛ ਪ੍ਰਤੀਤ ਹੋਈ ਤੁਹਾਨੂੰ ਰੋਲ ਕੇ ਰੱਖ ਦਿੱਤਾ ਪਰ ਤੁਸੀਂ ਵੀ ਰੋਲ ਦਿਓ ਅਸੀਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ ਜਿਹੜੀ ਜਿਹੜੀ ਵੀ ਪਾਰਟੀ ਦੇ ਉੱਤੇ ਤੁਹਾਨੂੰ ਹਰਖ ਆ ਨਾ ਇਹ ਹਰਖ ਨੂੰ ਬਚਾ ਕੇ ਰੱਖਿਓ ਸੰਭ ਕੇ ਰੱਖਿਓ ਬਿਲਕੁਲ ਸਹੀ ਰਮਨ ਜੀ ਸਨੀ ਦੇਵਲਦਤਾ ਬਹੁਤ ਵੱਡੇ ਪੱਧਰ ਦੇ ਉੱਤੇ ਬਰੋੜ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਤੇ ਹੋਣਾ ਵੀ ਚਾਹੀਦਾ ਸੀ ਆਪਾਂ ਕਹਿੰਦੇ ਵੀ ਪੰਜਾਬ ਦਾ ਪੁੱਤ ਆ ਆਪਾਂ ਇਹ ਗੱਲ ਕਹਿੰਦੇ ਵੀ ਉਹ ਪੰਜਾਬ ਦੇ ਨਾਲ ਸਬੰਧ ਰੱਖਣ ਵਾਲਾ ਬੰਦਾ ਆਪਾਂ ਕਹਿੰਦੇ ਜੀ ਕਿ ਧਰਮਪਾਜੀ ਨੇ ਬਹੁਤ ਕਮਾਲ ਕੀਤੀ ਆ ਤਰਵਿੰਦਰ ਖੁਰਾਂ ਦੀ ਗੱਲ ਇੱਕ ਪਾਸੇ ਆ ਉਹ ਆਪਦੇ ਫਾਰਮ ਹਾਊਸ ਦੇ ਵਿੱਚ ਬੈਠ ਕੇ ਕਦੇ ਕੱਦੂ ਤੇ ਕਦੇ ਪਿੰਡਗਾ ਤੇ ਕਦੇ ਤੋਰੀਆਂ ਦੀ ਗੱਲ ਕਰਦੇ ਆ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਪਰ ਸੰਨੀ देओल ਜਿਹੜਾ ਕਿ ਸੰਸਦ ਦੇ ਵਿੱਚ ਬੈਠਾ ਜਿਹੜਾ ਕਿ ਪੰਜਾਬ ਦੇ ਗੁਰਦਾਸਪੁਰ ਖੇਤਰ ਤੋਂ ਹੈਗਾ ਇਸ ਵਕਤ ਮੈਂਬਰ ਪਾਰਲੀਮੈਂਟ ਉਸ ਬੰਦੇ ਨੇ ਤਾਂ ਮੋਦੀ ਸਾਹਿਬ ਨੂੰ ਵਧਾਈਆਂ ਦਿੱਤੀਆਂ ਉਹ ਇਹ ਗੱਲ ਕਹੀ ਜਾਂਦਾ ਜੀ ਕਿ ਜੋ ਬਿੱਲ ਪਾਸ ਹੋਇਆ ਇਹ ਬਹੁਤ ਕਮਾਲ ਦੀ ਗੱਲ ਆ ਇਹਦੇ ਨਾਲ ਦੇਸ਼ ਦੇ ਕਿਸਾਨਾਂ ਦੀ ਜਿਹੜੀ ਖੇਤੀਬਾੜੀ ਆ ਉਹਦੇ ਵਿੱਚ ਬਹੁਤ ਵੱਡੇ ਦਰਦੇ ਉਤ ਸੁਧਾਰ ਹੋਣਾ ਮੁਨਾਫਾ ਦੁੱਗਣਾ ਹੋ ਜਾਣਾ ਇਹ ਕੁਝ ਮੋਦੀ ਸਾਹਿਬ ਵੀ ਕਰ ਸਕਦੇ ਸੀਗੇ ਤੇ ਹੁਣ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਵੀ ਗੁਰਦਾਸਪੁਰ ਚ ਵੜ ਕੇ ਦਿਖਾ ਹੂੰ ਬਿਲਕੁਲ ਇਹ ਨਾ ਚਾਹੀਦਾ ਵੀ ਹੈ ਟਾਣਾ ਸਾ ਮੈਨੂੰ ਬੜੀ ਹੈਰਾਨੀ ਹੋਈ ਕੱਲੇ ਸਨੀ ਦਿਓਲ ਤੇ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਮੈਂ ਕਹਿ ਸਕਦੀਆਂ ਵੀ ਉਹ ਵੀ ਭਗਤ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੋ ਕੁਝ ਵੀ ਮੋਦੀ ਹੋਰੀ ਕਰਦੇ ਨੇ ਜਦੋਂ ਵੀ ਕਰਦੇ ਨੇ ਉਹ ਹਮੇਸ਼ਾ ਸਾਰਾ ਕੁਝ ਸਹੀ ਹੁੰਦਾ ਹੈ ਤੇ ਉਹ ਹਮੇਸ਼ਾ ਸਹੀ ਹੀ ਕਰਕੇ ਦਿਖਾਉਣ ਦੇ ਲਈ ਆਪਣੇ ਆਪ 'ਚ ਕਹ ਲੋ ਸ਼ਾਬਾਸ਼ ਦੇ ਹੱਕਦਾਰ ਨੇ ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਜਦੋਂ ਮਤਲਬ ਤੁਸੀਂ ਆਪਣੇ ਜਿਹੜੇ ਮੁਫਾਦ ਨੇ ਉਹਨਾਂ ਨੂੰ ਪਾਸੇ ਰੱਖ ਕੇ ਕੁਰਸੀ ਪ੍ਰੇਮ ਪਾਸੇ ਰੱਖ ਕੇ ਤੁਸੀਂ ਸਭ ਕੁਝ ਹੀ ਭੁੱਲ ਗਏ ਕਿ ਉਹ ਕਿਸਾਨ ਨੇ ਜਿਨ੍ਹਾਂ ਨੇ ਸਾਡੇ ਘਰ ਦੇ ਵਿੱਚ ਵੀ ਰੋਟੀ ਜਿਹੜੀ ਹੈ ਪਹਚਾਈ ਸਾਡੇ ਘਰ ਦੇ ਵਿੱਚ ਵੀ ਰੋਟੀ ਪਹਚਾਈ ਜੇ ਅੱਜ ਉਹਨਾਂ ਨਾਲ ਮਾੜਾ ਹੋ ਰਿਹਾ ਮਤਲਬ ਹੌਲੀ ਹੌਲੀ ਸਾਡੀਆਂ ਰਸੋਈਆਂ ਨਾਲ ਵੀ ਮਾੜਾ ਹੋ ਰਿਹਾ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਸੰਨੀ ਦਿਓਲ ਜਾਂ ਹੋਰ ਜਿੰਨੇ ਵੀ ਕਲਾਕਾਰ ਜਾਂ ਜਿਹੜੇ ਵੀ ਲੋਕ ਪੰਜਾਬ ਦੀ ਜਾਂ ਦੇਸ਼ ਦੀ ਕਿਸਾਨੀ ਦੇ ਨਾਲ ਜ਼ਮੀਨੀ ਤੌਰ ਦੇ ਉੱਤੇ ਨਹੀਂ ਜੁੜੇ ਉਹਨਾਂ ਨੂੰ ਪਤਾ ਹੀ ਨਹੀਂ ਅਸਲ ਦੇ ਵਿੱਚ ਮੁਸ਼ਕਲਾਂ ਕੀ ਹੈ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਕਹਿੰਦੇ ਸਨੀ ਦਿਉਲ ਨੇ ਆਹ ਕੁਝ ਕਹਿ ਦਿੱਤਾ ਕੀ ਕਾਰਨ ਹੋਇਆ ਮੈਂ ਕਿਹਾ ਸਨੀ ਦਿਉਲ ਨੇ ਕਦੇ ਹੱਲ ਦਾ ਮੁੰਨਾ ਫੜ ਕੇ ਵੇਖਿਆ ਸਨੀ ਦਿਉਲ ਨੇ ਕਦੇ ਪੱਠਿਆਂ ਦੀ ਪੰਡ ਵੱਢ ਕੇ ਦੇਖੀ ਹੈ ਸਨੀ ਦਿਉਲ ਨੇ ਕਦੇ ਗੱਡੇ ਦੇ ਉੱਤੇ ਬੈਠ ਕੇ ਦੇਖਿਆ ਸਨੀ ਦਿਉਲ ਨੇ ਕਦੇ ਝੋਨਾ ਲਾਇਆ ਕਦੇ ਝੋਨੇ ਦੇ ਵਿੱਚੋਂ ਕੱਖ ਕੱਢਿਆ ਕਦੇ ਉਹਨੇ 베ਰੀ ਦੇ ਥੱਲੇ ਕਿਕਰ ਦੇ ਥੱਲੇ ਬੈਠ ਕੇ ਰੋਟੀ ਖਾਧੀ ਹੈ ਉਹਨੂੰ ਪਤਾ ਵੀ ਘਾ ਕਿਵੇਂ ਤੰਗ ਕਰਦਾ ਜਦੋਂ ਪਾਣੀ ਲੰਘਣਾ ਹੁੰਦਾ ਖਾਲ ਦੇ ਵਿੱਚ ਲਈ ਕਦੇ ਉਹਨੇ ਵਟ ਘੜੀ ਹੈ ਜਦੋਂ ਪਤਾ ਹੀ ਉਹਨੂੰ ਕੁਝ ਨਹੀਂਗਾ ਤੇ ਫਿਰ ਉਹਨੇ ਤਾਂ ਇਹੀ ਗੱਲਾਂ ਕਹਿਣੀਆਂ ਵੀ ਜਿੱਧਰੋਂ ਮਿਲਦੀ ਬਾਜਰੀ ਤੇ ਉਧਰ ਪਰ ਨਹੀਂ ਹਾਜ਼ਰੀ ਉਹਨੇ ਤਾਂ ਫਿਰ ਆਪਣੇ ਮੋਦੀ ਸਾਹਿਬ ਦਾ ਪ੍ਰਚਾਰ ਹੀ ਕਰਨਾ ਉਹ ਤਾਂ ਜੋ ਕਹਿ ਦੇਣ ਵੀ ਮੋਦੀ ਸਾਹਿਬ ਠੀਕ ਆ ਜੀ ਹਜ਼ੂਰੀ ਦੇ ਵਿੱਚ ਵੀ ਤਾਂ ਆਪਾਂ ਬ੍ਰਾਂਡ ਅੰਵਿਸਟਰ ਬਣਨਾ ਨਾ ਸੋ ਇਹਨਾਂ ਲੋਕਾਂ ਨੂੰ ਤਾਂ ਆਪਾਂ ਹੀ ਸਭ ਕੁਝ ਸਿਖਾ ਸਕਦੇ ਹਾਂ ਜਦੋਂ ਹੁਣ ਖੇਤ ਦੇ ਵਿੱਚ ਆਉਣਗੇ ਨਾ ਉਹਨੂੰ ਕਹਗੇ ਜੀ 4 ਘੰਟੇ ਖੇਤ ਦੇ ਵਿੱਚ ਖੜ੍ਹ ਤੈਨੂੰ ਕਿਸਾਨੀ ਮੁਸ਼ਕਲਾਂ ਦਾ ਪਤਾ ਲੱਗੇ ਜਦੋਂ ਗਿੱਚੀ ਤੋਂ ਲੈ ਕੇ ਤੇ ਗਿੱਟਿਆਂ ਤੱਕ ਮੁੜਕਾ ਚ ਹੋਇਆ ਨਾ ਪਤਾ ਇਹਨਾਂ ਨੂੰ ਫੇਰ ਲੱਗਣਾ ਨਹੀਂ ਤਾਂ ਇਹ ਉਹ ਲੋਕ ਆ ਜਿਹੜੇ ਮੇਕਅਪ ਕਰਕੇ ਨਾ ਵੈਨਿਟੀ ਵੈਨ ਦੇ ਵਿੱਚੋਂ ਨਿਕਲਦੇ ਆ ਖੇਤ ਦੇ ਵਿੱਚ ਸਰੋਂ ਦੇ ਫੁੱਲਾਂ ਦੇ ਵਿੱਚ ਹੀਰੋਇਨ ਦੇ ਨਾਲ ਇਧਰ ਨੂੰ ਨੱਚ ਕੇ ਹੋਗੇ ਇਧਰ ਨੂੰ ਐ ਹੋਗੇ ਸਫੈਦਾਂ ਦੇ ਵਾਲੇ ਦੁਆਲੇ ਟਰੈਕਟਰ ਘਮਾ ਲਿਆ ਤੇ ਫੇਰ ਭੱਜ ਕੇ ਵੈਨਿਟੀ ਵੈ ਨੂੰ ਜ਼ਮੀਨੀ ਹਕੀਕਤਾਂ ਦੇ ਬਾਰੇ ਕੋਈ ਇਲਮ ਨਹੀਂ ਤੇ ਗੁਰਦਾਸਪੁਰ ਦੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਸੀ ਨਾ ਸੈਲਫੀਆਂ ਖਚਾਉਣ ਦੇ ਲਈ ਜਿਹੜੇ ਕਹਿੰਦੇ ਸੀ ਵੀ 2.5 ਕਿਲੋ ਦਾ ਹੱਥ ਹੈ ਤਾਂ ਐ ਕਰ ਦਿੰਦਾ ਇਹ 2.5 ਕਿਲੋ ਦਾ ਹੱਥ ਥੋੜੀ ਹਿੱਕ ਦੇ ਵਿੱਚ ਧਫਾ ਬਣ ਕੇ ਵਜਿਆ ਤੇ ਹੁਣ ਦੱਸੋ ਜੀ ਇੱਥੇ ਨਾ ਮੈਨੂੰ ਟਹਿਣਾ ਸਭ ਜਿਹੜੀ ਕਮਰ ਕਰੇਵਾਲ ਹੋਰਾਂ ਦਾ ਗੀਤ ਚੇਤੇ ਆ ਗਿਆ ਜਿਹੜਾ ਹੁਣੇ-ਹੁਣੇ ਆਇਆ ਸਾਰਿਆਂ ਦੇ ਸਾਹਮਣੇ ਕਿ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਗਏ ਸੋ ਇਹ ਗੱਲ ਸੱਚ ਹੈ ਅੱਜ ਸਾਡੇ ਹੀ ਸਾਨੂੰ ਨਾ ਬੁਰੀ ਤਰ੍ਹਾਂ ਦੇ ਨਾਲ ਲੁੱਟਣ ਲੱਗ ਗਏ ਕੁੱਟਣ ਲੱਗ ਕਦੋਂ ਹੋ ਗਿਆ ਅਸੀਂ ਕਿਸੇ ਇੱਕ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਕਰਦੇ ਅਸੀਂ ਸਾਰੇ ਹੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਕਿਸਾਨਾਂ ਦੇ ਨਾਲ ਸੰਬੰਧਤ ਆ ਪਰ ਸਾਡੀ ਹੋਣੀ ਇਹੋ ਜੀ ਆ ਅਸੀਂ ਮਰਦੇ ਹੀ ਹੁੰਨੇ ਆ ਸਾਨੂੰ ਤਾਂ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਵੀ ਬਣੀ ਕੀ ਜਾਂਦਾ ਤੇ ਅਸੀਂ ਉਹਨਾਂ ਲੋਕਾਂ ਨੂੰ ਫੇਰ ਵੋਟ ਪਾ ਦਿੰਦੇ ਆ ਜ ਦਲੇਰ ਮਹਿੰਦੀ ਦੀ ਗੱਲ ਕਰ ਲੋ ਆ ਤੁਣਕ 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 ਨੂੰ ਕਰਦਾ ਕਰਦਾ ਉਹ ਕੀ ਕਹਿਣ ਲੱਗ ਪਿਆ ਉਹਦੀ ਵੀ ਮਜਬੂਰੀ ਆ ਵੀ ਭਾਈ ਉਹਨੇ ਮੋਦੀ ਸਾਹਿਬ ਦੀ ਚਮਚੀ ਮਾਰਨੀ ਆ ਉਹਨੇ ਇੱਕ ਹੱਥ ਦੇ ਵਿੱਚ ਮੜੀ ਜੀ ਸਰੋਂ ਰੱਖੀ ਆ ਇੱਕ ਹੱਥ ਦੇ ਵਿੱਚ ਭੋਰਾ ਕਣਕ ਰੱਖੀ ਆ ਕਹਿੰਦਾ ਮੈਂ ਆਪਣੇ ਖੇਤ ਵਿੱਚ ਇਹ ਵੀ ਉਗਾਤਾ ਹੂੰ ਮੈਂ ਆਪਣੇ ਖੇਤ ਵਿੱਚ ਇਹ ਵੀ ਉਗਾਤਾ ਹੂੰ ਔਰ ਮੈਂ ਤਾਂ ਇਹ ਕਹਿੰਦਾ ਹੂੰ ਕਿ ਮੋਦੀ ਸਾਹਿਬ ਨੇ ਜੋ ਕੰਮ ਕਰ ਲਿਆ ਉਹ ਕੋ ਕਰ ਨਹੀਂ ਸਕਤਾ ਜੇਕਰ ਤੁਸੀਂ ਸੱਚੀ ਮੁੱਚੀ ਡੂੜਕ ਕਿੱਲੇ ਦੇ ਮਾਲਕ ਹੋਵੋ ਤੁਹਾਡਾ ਤਾ ਤਣਕ ਤਣਕ ਨਾ ਚੱਲਦਾ ਹੋਵੇ ਤੇ ਫਿਰ ਤੁਹਾਨੂੰ ਪਤਾ ਲੱਗੇ ਵੀ ਸੰਘਰਸ਼ ਕੀ ਹੁੰਦਾ ਉਹਨਾਂ ਕਿਸਾਨਾਂ ਨੂੰ ਸਲਾਮ ਕਰੋ ਇਸ ਵੇਲੇ ਜਿਹੜੇ ਆਪਦੀ ਮਾੜੀ ਆਰਥਿਕਤਾ ਦੇ ਬਾਵਜੂਦ ਤੁਹਾਨੂੰ 15-15, 20-20 ਲੱਖ ਰੁਪਏ ਦੇ ਕੇ ਧੀਆਂ ਪੁੱਤਾਂ ਦੇ ਵਿਆਹ ਤੇ ਬੁਲਾਉਂਦੇ ਰਹੇ ਆ ਤੇ ਗਲਤੀਆਂ ਕਰਦੇ ਰਹੇ ਆ ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਆਉਣ ਦੀ ਥਾਂ ਦੇ ਉੱਤੇ ਮੋਦੀ ਸਾਹਿਬ ਦੀ ਚੱਕਰੀ ਕਰਦੇ ਕਦੇ ਮੋਦੀ ਸਾਹਿਬ ਨੇ ਤੁਹਾਡਾ ਮੁਫਤਜ ਪ੍ਰੋਗਰਾਮ ਲਵਾਇਆ ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਪਰ ਗੱਲ ਇਹ ਹੈ ਕਿ ਤੁਸੀਂ ਜਦੋਂ ਆਪਣਾ ਜ਼ਮੀਰ ਹੀ ਵੇਚ ਦਿੰਨੇ ਹੋ ਨਾ ਜਦੋਂ ਤੁਹਾਨੂੰ ਤੁਸੀਂ ਆਪਣੀ ਦਿਮਾਗ ਦੇ ਦਰਵਾਜ਼ੇ ਹੀ ਬੰਦ ਕਰ ਦਿੰਨੇ ਹੋ ਤੁਹਾਨੂੰ ਆਲੇ ਦੁਆਲੇ ਦੇਖਣਾ ਹੀ ਬੰਦ ਹੋ ਜਾਂਦਾ ਫਿਰ ਤੁਸੀਂ ਉਹੀ ਕਹਿੰਦੇ ਹੋ ਜੋ ਤੁਹਾਨੂੰ ਸਿਖਾਇਆ ਜਾਂਦਾ ਵੀ ਆਹ ਵੀ ਕਹਦੇ ਆਹ ਵੀ ਕਹਦੇ ਆਹ ਨੇ ਵੀ ਕੋਣ ਕਿੱਧਰਲੇ ਪਾਸੇ ਭੁਗਤ ਰਿਆ ਤੇ ਕੋਣ ਕਿਹੜੀ ਗੱਲ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਬਿਲਕੁਲ ਜੱਜ ਦਾ ਵਿਚਾਰ ਹਰਮਨਜੀਤ ਪਿਛਲੇ ਕਈ ਦਿਨਾਂ ਤੋਂ ਨਾ ਮੈਂ ਇਹ ਸੋਚਦਾ ਸੀਗਾ ਵੀ ਕੰਗਣਾ ਰਣੋਤ ਦੇ ਨਾਲ ਬਹੁਤ ਵੱਡੀਆਂ ਜਿਆਦਤੀਆਂ ਹੋ ਰਹੀਆਂ ਜੀ ਪਰ ਉਹ ਵੀ ਬਿਲਕੁਲ ਸਣੀ ਦਿਓਲ ਤੇ ਦਲੇਰ ਮਹਿੰਦੀ ਤੇ ਕਈ ਹੋਰ ਜਿਹੜੇ ਹੈਗੇ ਕਲਾਕਾਰ ਉਹਦੇ ਵਾਂਗੂੰ ਨਾ ਹਾਜ਼ਰੀ ਭਰਨ ਦੇ ਵਿੱਚ ਰੁੱਝ ਗਈ ਹੈ ਹੂੰ ਉਹਨੇ ਹੁਣ ਆਪਦੇ ਘਰ ਦੇ ਵਿੱਚ ਬੈਠ ਕੇ ਇੱਕ ਟਵੀਟ ਕੀਤਾ ਜੀ ਉਹ ਟਵੀਟ ਦੇ ਵਿੱਚ ਇਹ ਗੱਲ ਕਹਿੰਦੀ ਹੈ ਕਿ ਮੋਦੀ ਸਾਹਿਬ ਜੋ ਕਰਦੇ ਆ ਨਾ ਉਹ ਕਦੇ ਹੋਇਆ ਨਹੀਂ ਉਹ ਕਹਿੰਦੀ ਵੀ ਜੇਕਰ ਕੋਈ ਸੁੱਤਾ ਹੋਵੇ ਉਹਨੂੰ ਜਗਾਇਆ ਜਾ ਸਕਦਾ ਜੇਕਰ ਕੋਈ ਨਾ ਸਮਝ ਹੋਵੇ ਉਹਨੂੰ ਸਮਝਾਇਆ ਜਾ ਸਕਦਾ ਪਰ ਜੇਕਰ ਕੋਈ ਸੌਣ ਦੀ ਤੇ ਨਾ ਸਮਝਣ ਦੀ ਐਕਟਿੰਗ ਕਰੇ ਤਾਂ ਉਹਦਾ ਕੁਝ ਨਹੀਂ ਹੋ ਸਕਦਾ ਮੋਦੀ ਸਾਹਿਬ ਤੁਸੀਂ ਕਿਹਨੂੰ ਕਿਹਨੂੰ ਸਮਝਾਓਗੇ ਇਹ ਉਹੀ ਅੱਤਵਾਦੀ ਆ ਜਿਨ੍ਹਾਂ ਨੇ CAA ਦੇ ਉੱਤੇ ਵੀ ਰੌਲਾ ਪਾਇਆ ਸੀਗਾ ਪਰ ਇੱਕ ਵੀ ਬੰਦੇ ਦੀ ਨਾਗਰਿਕਤਾ ਨਹੀਂ ਖੋਹੀ ਗਈ ਤੇ ਇਹਨਾਂ ਨੇ ਖੂਨ ਦੀਆਂ ਨਦੀਆਂ ਬਹਹਾਤੀਆਂ ਮਤਲਬ ਉਹਦੀ ਨਜ਼ਰ ਦੇ ਵਿੱਚ ਕਿਸਾਨ ਅਤਵਾਦੀ ਐ ਇਸ ਵੇਲੇ ਬਿਲਕੁਲ ਉਹਦੀ ਨਜ਼ਰ ਚ ਹੋਣਗੇ ਟਹਿਣਾ ਸਾਹਿਬ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਕੋਈ ਪਹਿਲਾ ਟਵੀਟ ਨਹੀਂ ਆ ਉਹਦਾ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਐ ਮੈਂ ਵੇਖੀ ਸੀ ਇਹਦੀ ਉਹ ਜਿਹਦੇ ਵਿੱਚ ਜ਼ਿਕਰ ਕਰ ਰਹੀ ਐ ਵੀ ਮੋਦੀ ਜੀ ਕੁਝ ਕੁ ਲੋਕ ਨੇ ਜਿਹੜੇ ਤੁਹਾਡੇ ਬਾਰੇ ਪ੍ਰੋਪਗੈਂਡਾ ਕਰਦੇ ਪਏ ਨੇ ਤੁਹਾਨੂੰ ਮਾੜਾ ਕਹਿ ਰਹੇ ਨੇ ਪਰ ਇਹ ਬਹੁਤ ਘੱਟ ਗਿਣਤੀ ਚ ਮੰਗਣਾ ਚਰੀ ਦੀ ਪੰਡ ਚ ਕਾਈ ਹੋਵੇ ਤੇ ਇਹਨੂੰ ਕਿਹਾ ਹੋਵੇ ਵੀ ਵਾਏ ਹੋਏ ਵਾਂਡ ਦੇ ਵਿੱਚ ਨਹੀਂ ਜਾਣਾ ਬਿਲਕੁਲ ਸਹੀ ਗੱਲ ਐ ਪੱਕੀ 30 ਕਿਲੇ ਤੁਰ ਕੇ ਜਾਣਾ ਤੇ ਅੱਗੇ ਖੜਾ ਗੱਡਾ ਤੇ ਉਹਦੇ ਵਿੱਚ ਰੱਖਣੀ ਐ ਪਤਾ ਲੱਗੇ ਵੀ ਭਾਈ ਹਮ ਕਿਵੇਂ ਕਰਤੇ ਹਾਂ ਹਮ ਵੈਸੇ ਕਰਤੇ ਹਾਂ ਤੇ ਨਾਲੇ ਪਤਾ ਲੱਗੇ ਵੀ ਭਾਈ ਦੇਸ਼ ਦੀ ਕਿਸਾਨੀ ਖੜੀ ਕਿੱਥੇ ਜੇ ਦੇਖੋ ਉਹਦਾ ਕਸੂਰ ਨਹੀਂ ਟੈਣਾ ਸਾਹਿਬ ਜਦੋਂ ਬੰਦੇ ਨੂੰ ਵਾਈਪਲਸ ਸਿਕਿਉਰਿਟੀ ਜਿਹੜੀ ਆ ਉਹ ਮਿਲ ਜਵੇ ਜਦੋਂ ਪਤਾ ਹੋਵੇ ਵੀ ਸਰਕਾਰਾਂ ਮੇਰੇ ਨਾਲ ਨੇ ਉਦੋਂ ਬੰਦਾ ਸਰਕਾਰਾਂ ਦੇ ਹੱਕ ਚ ਹੀ ਭੁਗਤਦਾ ਹੈ ਤੇ ਉਹ ਭੁਗਤ ਵੀ ਰਹੀ ਹੈ ਜੋ ਮਰਜ਼ੀ ਕਰੋ ਇਹ ਤੁਹਾਡੇ ਨਿੱਜੀ ਮਸਲੇ ਆ ਵੀ ਕਿਹੜੀ ਪਾਰਟੀ ਤੁਹਾਡੇ ਖਿਲਾਫ ਆ ਅਸੀਂ ਤਾਂ ਇਹ ਕਹਿੰਦੇ ਆ ਵੀ ਔਰਤ ਹੋਣ ਦੇ ਨਾਤੇ ਤੁਹਾਡੀ ਸੁਰੱਖਿਆ ਹੋਣੀ ਚਾਹੀਦੀ ਹੈ ਅਸੀਂ ਇਹ ਗੱਲ ਕਹਿੰਦੇ ਆ ਕਿ ਔਰਤ ਹੋਣ ਕਰਕੇ ਤੁਹਾਡੀ ਇੱਜ਼ਤ ਅਫਜ਼ਾਈ ਦੇ ਵਿੱਚ ਵਾਧਾ ਹੋਣਾ ਚਾਹੀਦਾ ਅਸੀਂ ਇਹ ਚਾਹੁੰ ਨਾ ਹੋਵੇ ਕਿਸੇ ਦੇ ਨਾਲ ਵੀ ਜਰਤੀ ਨਾ ਹੋਵੇ ਤੁਸੀਂ ਬਾਲੀਵੁੱਡ ਦੇ ਵਿੱਚ ਮਾਇਆ ਨਗਰੀ ਦੇ ਵਿੱਚ ਹੁੰਦੇ ਵਾਪਰਦੇ ਗਲਤ ਦੇ ਬਾਬਤ ਬਹੁਤ ਟਿੱਪਣੀਆਂ ਕੀਤੀਆਂ ਅਸੀਂ ਕੁਝ ਹਰ ਤੱਕ ਸਹਿਮਤ ਆ ਪਰ ਜੇ ਤੁਸੀਂ ਕਿਸਾਨੀ ਦੇ ਬਾਬਤੇ ਕਹੋਗੇ ਵੀ ਇਹ ਤਾਂ ਅਤਵਾਦੀ ਹੈ ਤਾਂ ਇਹ ਤਾਂ ਮੈਨੂੰ ਲੱਗਦਾ ਵੀ ਚਾਪਲੂਸੀ ਦਾ ਸਿਖਰ ਆ ਇਹ ਤਾਂ ਲਾਂਤਾਂ ਦੇ ਟੋਕਰੇ ਵਾਲੀ ਗੱਲ ਕੰਗੜਾ ਜੀ ਨੂੰ ਚਾਹੀਦਾ ਹੈ ਕਿ ਘਰ ਦੇ ਵਿੱਚ ਰੋਟੀ ਖਾਣੀ ਬੰਦ ਕਰ ਦੇਣੇ ਸਬਜ਼ੀਆਂ ਜਿਹੜੀਆਂ ਘਰੇ ਲਿਆਉਣੀਆਂ ਬੰਦ ਕਰ ਦੇਣ ਕਿਉਂਕਿ ਉਹੀ ਅੱਤਵਾਦੀ ਇਹਨਾਂ ਨੂੰ ਉਗਾਉਂਦੇ ਨੇ ਤੇ ਫਿਰ ਅੱਤਵਾਦੀਆਂ ਦੇ ਹੱਥਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਚੰਗੀਆਂ ਨਹੀਂ ਹੁੰਦੀਆਂ ਤੁਹਾਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਕੁਝ ਵੀ ਤੁਹਾਨੂੰ ਬਿਲਕੁਲ ਮੋਦੀ ਜੀ ਦਾ ਗੁਣਗਾਨ ਕਰਨਾ ਚਾਹੀਦਾ ਤੇ ਇਹਨਾਂ ਨੂੰ ਅੱਤਵਾਦੀ ਦੱਸਣਾ ਚਾਹੀਦਾ ਚਾਹੇ ਕੀ ਪਤਾ ਮੋਦੀ ਸਾਹਿਬ ਦਾ ਗੁਣਗਾਨ ਕਰਕੇ ਤੁਹਾਡਾ ਢੱਡ ਭਰ ਜਾਏ ਬਿਲਕੁਲ ਸਹੀ ਗੱਲ ਹੋ ਸਕਦਾ ਵੀ ਭਾਈ ਜੇਕਰ ਤੁਹਾਨੂੰ Y+ ਦਾ ਸਾਰਾ ਟੱਬਰ ਨਾ ਰੋਟੀ ਖਾਵੇ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਆ ਮੈਨੂੰ ਵੀ ਤੇ ਸਾਰਿਆਂ ਨੂੰ ਵੀ ਤੁਹਾਨੂੰ ਵੀ ਤੇ ਬਾਕੀ ਵਖ ਵਖ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਵੀ ਵੀ ਜਿਹੜਾ ਮਨੁੱਖ ਰੋਟੀ ਖਾਂਦਾ ਨਾ ਜਿਹਦੀ ਥਾਲੀ ਦੇ ਵਿੱਚ ਦਾਲ ਸਬਜ਼ੀ ਰੋਟੀ ਸਲਾਦ ਮੂਲੀ ਗਾਜਰ ਜੋ ਵੀ ਹੁੰਦਾ ਉਹ ਪਿਆਜ ਕਰ ਤਾਂ ਉਹ ਕਿਸਾਨ ਦੇ ਕਰਕੇ ਆ ਤੇ ਜੇ ਕਿਸਾਨ ਮਰ ਰਿਹਾ ਤਾਂ ਮਤਲਬ ਤੁਸੀਂ ਵੀ ਮਰ ਰਹੇ ਹੋ ਇਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਕਿਸਾਨ ਹੀ ਪੋੜਾ ਜਿਹਨੂੰ ਅਸੀਂ ਜੱਟ ਵੀ ਕਹਿ ਦਿੰਨੇ ਆ ਵੀ ਜੇਕਰ ਉਹਨੂੰ ਸਮਝ ਹੋਵੇ ਤਾਂ ਤੁਹਾਡੇ ਵਰਗੇ ਲੋਕਾਂ ਦੀਆਂ ਲੂੰਬੜ ਚਾਲਾਂ ਪਹਿਲਾਂ ਹੀ ਪਛਾਣ ਜਾਂਦਾ ਅਸੀਂ ਤਾਂ ਇਸ ਗੱਲੋਂ ਹਮਦਰਦੀ ਕਰਦੇ ਰਹਿ ਜਾਂਦੇ ਕਿ ਉਹਦੇ ਨਾਲ ਧੱਕਾ ਹੋ ਰਿਹਾ ਪਰ ਉਹ ਕੱਚ ਦੇ ਵਿੱਚ ਹੋਰੀ ਮੂੰਗਲੀ ਕੱਟ ਮਾਰਦਾ ਦੁੱਖ ਹੁੰਦਾ ਇਸ ਗੱਲ ਤੇ ਦੇਖੋ ਗੱਲ ਇਹ ਹੈ ਟਾਣਾ ਸਾਹਿਬ ਹੱਲੇ ਤਾਂ ਹੋਰ ਕਈਆਂ ਨੇ ਰੰਗ ਦਿਖਾਉਣੇ ਨੇ ਤੁਸੀਂ ਵੇਖੀ ਜਾਓ ਹੱਲੇ ਸ਼ੁਰੂਆਤ ਹੈ ਜਿਵੇਂ ਜਿਵੇਂ ਚੋਣਾ ਨੇੜੇ ਆਉਣ ਗਿਆ ਜਿਵੇਂ ਜਿਵੇਂ ਬੰਦਿਆਂ ਨੂੰ ਅੰਦਰੋਂ ਇਹ ਅਹਿਸਾਸ ਹੋਏਗਾ ਵੀ ਮੇਰਾ ਹੱਥ ਕੁਰਸੀ ਨੂੰ ਪੈ ਹੀ ਚੱਲਿਆ ਬਸ ਮੈਨੂੰ ਹੁਣ ਟਿਕਟ ਮਿਲਣੀ ਵਾਲੀ ਆ ਬਸ ਉਹ ਬੰਦੇ ਜਿਹੜੇ ਨੇ ਆਪਣਾ ਰੰਗ ਦਿਖਾਉਣਗੇ ਤਾਂ ਹੱਲੇ ਸ਼ੁਰੂਆਤ ਹੋਈ ਹੈ ਪਰ ਇਹਨ ਦੀ ਹੈ ਹੁਣ ਕਿਉਂਕਿ ਇਹਨਾਂ ਨੇ ਬਹੁਤ ਲੁੱਟ ਲਿਆ ਬਹੁਤ ਕੁੱਟ ਲਿਆ ਹੁਣ ਹੋਰ ਨਹੀਂ ਨਾਲੇ ਨਾ ਕੰਗੜਾ ਬੀਬੀ ਨੂੰ ਇੱਕ ਬੇਨਤੀ ਹੈ ਵੀ ਤੁਹਾਡੀ ਟਿਕਟ ਤਾਂ ਵੈਸੇ ਹੀ ਪੱਕੀ ਆ ਤੁਸੀਂ ਮਹਾਰਾਸ਼ਟਰ ਦੇ ਵਿੱਚ ਚੋਣ ਲੜੋਗੇ ਇਸ ਗੱਲ ਦੀ ਹੁਣ ਬੇਫਿਕਰੀ ਆ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੀ ਵਿਗੜੀ ਹੈ ਸ਼ਿਵ ਸੇਨਾ ਨਾਲ ਤੇ ਜਿਸ ਤਰੀਕੇ ਨਾਲ ਭਾਜਪਾ ਪਿੱਠ ਦੇ ਉੱਤੇ ਆ ਕੇ ਖੜ ਗਈ ਆ ਤੇ ਉਸ ਤੋਂ ਬਾਅਦ ਤੁਸੀਂ ਬੇਫਿਕਰ ਰਹੋ ਇੰਨੇ ਵੱਡੇ ਪੱਧਰ ਦੇ ਉੱਤੇ ਚਮਚੀ ਮਾਰਨ ਦੀ ਕੋਈ ਜ਼ਰੂਰਤ ਹੈ ਨਹੀਂਗੀ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਕੀ ਕਰਨੀਆਂ ਕੁਰਸੀਆਂ ਕਿਹੜੀ ਤੁਸੀਂ ਬੱਲੇ ਬੱਲੇ ਦੇ ਵਿੱਚ ਪਏ ਆ ਮੈਂ ਤਾਂ ਦੁੱਖ ਹੁੰਦਾ ਮੈਨੂੰ ਇਸ ਗੱਲ ਦੇ ਬੀ ਉਹ ਕਿਸਾਨ ਜਿਹੜੇ ਆਪਦੇ ਟੱਬਰਾਂ ਤੋਂ ਦੂਰ ਬੈਠੇ ਤਫਦੀਆਂ ਸੜਕਾਂ ਦੇ ਉੱਤੇ ਉਹ ਕਿਸਾਨ ਜਿਹੜੇ ਰਾਤ ਨੂੰ ਰੁੱਖੀਆਂ ਸੁੱਕੀਆਂ ਖਾਂਦੇ ਆ ਉਹ ਕਿਸਾਨ ਜਿਹੜੇ ਨਿਆਣਿਆਂ ਤੋਂ ਦੂਰ ਬੈਠੇ ਆ ਉਹ ਕਿਸਾਨ ਜਿਹੜੇ ਨਾਰੇ ਲਾਲਕ ਜਿਨ੍ਹਾਂ ਨੇ ਸੰਗ ਪਾੜਲੇ ਆ ਤੇ ਉਹਨਾਂ ਕਿਸਾਨਾਂ ਦੀ ਇੱਕ ਫੀਸ ਦੀ ਸੁਣਵਾਈ ਨਹੀਂ ਹੋਈ ਤੇ ਉੱਥੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਕੱਚਾ ਵਜਾਈ ਜਾਂਦੇ ਆ ਵੀ ਐਸੇ ਹੀ ਹੁੰਦਾ ਹੈ ਐਸੇ ਹੀ ਹੁੰਦਾ ਹੈ ਉੱਤੋਂ ਪ੍ਰਧਾਨ ਮੰਤਰੀ ਸਾਹਿਬ ਲਾ ਲੋ ਜੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਜੀ ਦੇਸ਼ ਦੇ ਕਿਸਾਨਾਂ ਨੂੰ ਬਹੁਤ ਬਹੁਤ ਵਧਾਈਆਂ ਇਹ ਜ਼ਖਮਾਂ ਨੂੰ ਛਿੱਲਣ ਵਾਲੀ ਗੱਲ ਕਰਦੇ ਆ ਤੁਸੀਂ ਇਹ ਦੱਸੋ ਆਪ ਜੀ ਕਦੋਂ ਤੋਂ ਕਿਸਾਨ ਪੱਖੀ ਹੋ ਗਏ ਇੰਨੇ ਤੈਨਾ ਸਾਹਿਬ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਕਿ ਮੋਦੀ ਜੀ ਨੂੰ ਜਿਹੜਾ ਵੀ ਮੁੱਦਾ ਮਿਲ ਜਵੇ ਉੱਥੇ ਇੱਕ ਤਾਂ ਉਹ ਕਹਿੰਦੇ ਹੁੰਦੇ ਵੀ ਮੇਰਾ ਇਹਦੇ ਨਾਲ ਰਿਸ਼ਤਾ ਬਹੁਤ ਗੂੜਾ ਹੈ ਇਸ ਧਰਤੀ ਨਾਲ ਇਸ ਕੌਮ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਮੇਰਾ ਪਿਆਰ ਬਹੁਤ ਗੂੜਾ ਹੈ ਤੇ ਬਾਕੀ ਤੁਹਾਡੀ ਗੱਲ ਸਹੀ ਹੈ ਮੈਨੂੰ ਵੀ ਬੜੀ ਹੈਰਾਨੀ ਹੋਈ ਵੀ ਮੋਦੀ ਹਰਾਂ ਨੂੰ ਕਿਸਾਨਾਂ ਦਾ ਇੰਨਾ ਫਿਕਰ ਕਦੋਂ ਤੋਂ ਕੋਲ ਆ 14 ਦੇ ਵਿੱਚ ਤੁਸੀਂ ਸੱਤਾ ਚਾਉਣ ਤੋਂ ਪਹਿਲਾਂ ਕਿਹਾ ਸੀ ਸੁਆਮੀ ਨਾਥਰ ਫਾਰਮੂਲਾ ਲਾਗੂ ਕਰ ਦਿਆਂਗੇ ਉਹ ਤਾਂ ਅਜੇ ਤੱਕ ਕੀਤਾ ਨਹੀਂਗਾ ਉਹ ਕਰੋ ਪਹਿਲਾਂ ਅਗਲਾ ਫਾਇਦਾ ਆਪਾਂ ਬਾਅਦ ਵਿੱਚ ਸੋਚਾਂਗੇ ਤੁਸੀਂ ਇਹ ਦੇਖੋ ਵੀ ਮੈਂ ਚੀਜ਼ ਦੇਣੀ 14 ਹੋਵਾ ਵੀ ਆ ਮੇਰੇ ਕੋਲੋਂ ਚੀਜ਼ ਰੱਖ ਲਓ ਤੁਸੀਂ ਕਹੋ ਵੀ ਮੈਨੂੰ ਨਹੀਂ ਚਾਹੀਦੀ ਮੈਂ ਮੁਫਤ ਦੇ ਭਾਵੇਂ ਨਹੀਂ ਲੈਣੀ ਮੈਂ ਪੈਸੇ ਦੇ ਕੇ ਵੀ ਨਹੀਂ ਲੈਣੀ ਮੈਂ ਦੇਖਣੀ ਵੀ ਨਹੀਂ ਇਹ ਚੀਜ਼ ਮੈਂ ਤੁਹਾਨੂੰ ਫਿਰ ਵੀ ਕਮਨਾ ਲਓ ਤੁਹਾਡਾ ਫਾਇਦਾ ਹੋਊਗਾ ਜਦੋਂ ਤੁਸੀਂ ਚੀਜ਼ ਲੈ ਕੇ ਨਹੀਂ ਰਾਜ਼ੀ ਤਾਂ ਮੈਂ ਦੇਵਾਂ ਕਿਉਂ ਉਹੀ ਗੱਲ ਹੈ ਜੇਕਰ ਦੇਸ਼ ਦੀ ਕਿਸਾਨੀ ਇਹ ਚਾਹੁੰਦੀ ਹੈ ਵੀ ਤੁਹਾਡੇ ਭਲੇ ਤੋਂ ਅਸੀਂ ਚੰਗੇ ਆ ਬਿਨਾਂ ਤੇ ਫਿਰ ਤੁਸੀਂ ਕਿਹੜੀ ਗੱਲੋਂ ਇਹ ਕਹਿੰਦੇ ਆ ਵੀ ਭਾਈ ਨਾਲ ਤੁਹਾਡਾ ਭਲਾ ਕਰਨਾ ਨਾਲੇ ਇਹ ਦੱਸੋ ਨੋਟਬੰਦੀ ਤੋਂ ਬਾਅਦ ਅੱਜ ਤੱਕ ਇਹੋ ਜਿਹੇ ਕਿਹੜੇ ਬੈਲਾ ਜਿਹਦੇ ਨਾਲ ਲੋਕਾਂ ਦਾ ਫਾਇਦਾ ਹੋਇਆ ਸੋ ਇਸ ਕਰਕੇ ਤੁਸੀਂ ਜਿੰਨਾਂ ਲੋਕਾਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਕਰ ਰਹੇ ਆ ਸਾਨੂੰ ਉਹ ਵੀ ਪਤਾ ਪਰ ਇਹ ਸਾਡੇ ਦੇਸ਼ ਦੀ ਕਿਸਾਨੀ ਭੋਲੀ ਕਹਿ ਲੀਏ ਇਹਨਾਂ ਨੇ ਫਿਰ ਰੈਲੀਆਂ 'ਚ ਚਲੇ ਜਾਣਾ ਇਹਨਾਂ ਨੇ ਫਿਰ ਪਟੜਾਵੇ 'ਚ ਆ ਜਾਣਾ ਪਤਾ ਨਹੀਂ ਕਦੋਂ ਬਦਲੂਗਾ ਤਾਂ ਸਾਹ ਭੋੜਾਪਾ ਬਾਤ ਪਾਉਣੇ ਉਸ ਕਿਸਾਨ ਦੀ ਜਿਹਨੇ ਧਰਨੇ ਦੇ ਦੌਰਾਨ ਬਾਦਲ ਪਿੰਡ ਦੇ ਵਿੱਚ ਸਲਫਾਸ ਨਿਗਲ ਲਈ ਸੀ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀ ਬਹੁਤ ਰੌਲਾ ਪਿਆ ਕਿਉਂਕਿ ਸੰਸਕਾਰ ਪਹਿਲਾਂ ਜਿਹੜਾ ਉਹ ਪਰਿਵਾਰ ਕਹਿੰਦਾ ਸੀ ਵੀ ਅਸੀਂ ਨਹੀਂ ਹੋਣ ਦੇਣਾ ਇਨਸਾਫ ਮਿਲਣਾ ਚਾਹੀਦਾ ਪਰ ਹੁਣ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਜਦੋਂ ਸਾਡੇ ਦੇਸ਼ ਦੇ ਕਿਸਾਨ ਸਾਡੇ ਸੂਬੇ ਦੇ ਕਿਸਾਨ ਧਰਨਿਆਂ ਦੇ ਵਿੱਚ ਬੈਠ ਕੇ ਸਲਫਾਸ ਖਾਣ ਤੇ ਉਹਨਾਂ ਦੀ ਹੋ ਜੇ ਮੌਤ ਤੇ ਇਸ ਦੇ باوجود ਅਸੀਂ ਇਹ ਗੱਲ ਕਹੀਏ ਵੀ ਕਿਸਾਨੀਆਂ ਜਿਹੜੀ ਉਹ ਬਹੁਤ ਖੁਸ਼ਹਾਲ ਆ ਤਾਂ ਲੱਖ ਲਾਣ ਤੋਂ ਉਹਨਾਂ ਲੋਕਾਂ ਨੂੰ ਜਿਹੜੇ ਹਾਲੇ ਵੀ ਇਹ ਗੱਲ ਕਹਿੰਦੇ ਆ ਜੀ ਕਦੇ ਧਰਨੇ ਦੇ ਵਿੱਚ ਆ ਕੇ ਤਾਂ ਦੇਖੋ ਕਦੇ ਧਰਨੇ ਦੇ ਵਿੱਚ 4 ਘੰਟੇ ਬੈਠ ਕੇ ਤਾਂ ਵੇਖੋ ਪੰਜਾਬ ਦੇ ਸਾਰੇ ਹੀ ਉਹ ਨੇਤਾ ਜਿਹੜੇ ਕਹਿੰਦੇ ਵੀ ਅਸੀਂ ਇਹਨਾਂ ਬਿੱਲਾਂ ਦੇ ਖਿਲਾਫ ਆ ਹੈਗੇ ਵੀ ਜਿਹੜੇ ਪੰਜਾਬ ਦੇ ਵਿੱਚ ਆ ਪਰ ਉਹ ਧਰਨਿਆਂ ਦੇ ਵਿੱਚ 2 ਘੰਟੇ 4 ਘੰਟੇ 5 ਘੰਟੇ ਨਹੀਂ ਬੈਠੇ ਤੇ ਉਹਨਾਂ ਸਾਰਿਆਂ ਨੂੰ ਪਛਾਣੋ ਤੁਸੀਂ ਹਮ ਕੱਲੀ ਸੋਸ਼ਲ ਮੀਡੀਆ ਦੇ ਉੱਤੇ ਲਿਖ ਦੇਣਾ ਕਿ ਮੈਂ ਵੀ ਕਿਸਾਨੀ ਬਿੱਲਾਂ ਦੇ ਖਿਲਾਫ ਹਾਂ ਮੈਂ ਵੀ ਕਿਸਾਨ ਭਾਈਚਾਰੇ ਦੇ ਹੱਕ ਦੇ ਵਿੱਚ ਹਾਂ ਜੇ ਤਾਂ ਤੁਸੀਂ ਬੈਠੋ ਵਿਦੇਸ਼ ਦੇ ਵਿੱਚ ਤਾਂ ਗੱਲ ਵੱਖਰੀ ਹੈ ਤੁਹਾਡੀ ਮਜਬੂਰੀ ਹੋ ਸਕਦੀ ਹੈ ਪਰ ਜੇ ਤੁਸੀਂ ਪੰਜਾਬ ਦੇ ਵਿੱਚ ਹੀ ਆ ਤੇ ਉੱਥੋਂ ਦੇ ਆ ਜਿੱਥੇ ਕਿ ਤੁਹਾਨੂੰ ਵੋਟਾਂ ਪੈਂਦੀਆਂ ਤੇ ਫਿਰ ਤੁਸੀਂ ਲੋਕਾਂ ਦੇ ਵਿੱਚ ਜਾਓ ਤੁਹਾਨੂੰ ਕਮਰਿਆਂ ਦੇ ਵਿੱਚ ਬੈਠ ਕੇ ਗੱਲਾਂ ਕਰਨ ਨੂੰ ਵੋਟਾਂ ਥੋੜੀ ਪਾਈਆਂ ਪਰ ਜਿਹੜੀ ਤੁਸੀਂ ਗੱਲ ਕੀਤੀ ਨਾ ਇਸ ਕਿਸਾਨ ਦਾ ਨਾਂ ਪ੍ਰੀਤਮ ਸਿੰਘ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਬਾਦਲਪਿੰਡ ਦੇ ਵਿੱਚ ਧਰਨਾ ਲੱਗਾ ਬਾਦਲਾਂ ਦੇ ਘਰ ਦੇ ਮੂਹਰੇ ਇਹ 25 ਸਤੰਬਰ ਤੱਕ ਚੱਲਣਾ ਪਹਿਲਾਂ ਇਹਦੀ ਜਿਹੜੀ ਮਿਆਦ ਸੀਗੀ 20 ਤਰੀਕ ਤੱਕ ਪਰ 5 ਦਿਨ ਹੋਰ ਵਧਾ ਦਿੱਤੇ ਗਏ ਸੀ ਸੋ ਉੱਥੇ ਕਿਸਾਨ ਨੇ ਇਹਨੇ ਖੁਦਕੁਸ਼ੀ ਕੀਤੀ ਸੀਗੀ ਸਲਫਾਸ ਖਾ ਲਈ ਇਹਨੂੰ ਲੈ ਕੇ ਅੱਗੇ ਬਠਿੰਡੇ ਦੇ ਹਸਪਤਾਲ 'ਚ ਉੱਥੇ ਮੌਤ ਹੋ ਗਈ ਇਹਦੇ ਕੋਲੇ ਡੂੜਕ ਕਿਲਾ ਜ਼ਮੀਨ ਆ ਤੇ ਇਹਦੇ ਕੋਲੇ ਲਗਭਗ 15 ਲੱਖ ਤੋਂ ਵੱਧ ਦਾ ਕਰਜ਼ਾ ਸੀਗਾ ਸੋ ਹੁਣ ਜਦੋਂ ਮੌਤ ਹੋ ਗਈ ਤਾਂ ਟੱਬਰ ਨੇ ਵੀ ਤੇ ਕਿਸਾਨ ਜਥੇਬੰਦੀਆਂ ਨੇ ਵੀ ਬਰੋਧ ਸ਼ੁਰੂ ਕਰਤਾ ਵੀ ਅਸੀਂ ਸਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਟੱਬਰ ਦੀਆਂ ਤੇ ਸਾਡੇਗਾ ਮੰਗਾ ਨਹੀਂ ਮੰਨਦੇ ਹੁਣ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਦੇ ਨਾਲ ਮੰਗਾ ਮੰਨੀਆਂ। ਉਹਨਾਂ ਨੇ 3 ਲੱਖ ਰੁਪਈਆ ਦਾ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਚੈੱਕ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਅਸੀਂ ਮਾਫ਼ ਕਰਨ ਦਾ ਵਾਅਦਾ ਕਰਦੇ ਆ ਤੇ ਟੱਬਰ ਦੇ ਇੱਕ ਜੀ ਨੂੰ ਨੌਕਰੀ ਵੀ ਦੇਵਾਂਗੇ। ਜੀ। ਦੇਖੋ ਮਰਿਆ ਬੰਦਾ ਕਦੇ ਵਾਪਸ ਨਹੀਂ ਆਉਂਦਾ ਭਾਵੇਂ 50 ਕਰੋੜ ਰੁਪਈਆ ਦੇ ਦਿਓ। ਪਰ ਟੱਬਰ ਦੇ ਬਾਕੀ ਜੀਆਂ ਦੀ ਰੋਟੀ ਪਾਣੀ ਦੇ ਲਈ ਕਿਸਾਨ ਜੱਥੇਬੰਦੀਆਂ ਨੇ ਜਿਹੜੀ ਮਿਹਨਤ ਕੀਤੀ ਹੈ ਜੋ ਅੰਦੋਲਨ ਕੀਤਾ ਉਹਨਾਂ ਦਾ ਧੰਨਵਾਦ ਸਲਾਮ। ਪਰ ਇੱਕ ਗੱਲ ਜ਼ਰੂਰ ਸੋਚ ਕੇ ਦੇਖੋ ਪੰਜਾਬ ਦੇ ਵਿੱਚ ਮੰਗਾ ਮਨਵਾਉਣ ਦੇ ਲਈ ਅੱਜ ਮਰਨਾ ਜ਼ਰੂਰੀ ਆ ਬਿਲਕੁਲ ਮੈਂ ਵੀ ਇਹੀ ਕਹਿਣ ਲੱਗਾ ਤੁਸੀਂ ਇੱਕ ਬੱਸ ਦੇ ਵਿੱਚੋਂ ਡਿੱਗ ਪੋ ਤਾਂ ਤੁਹਾਡੀ ਮੰਗ ਮੰਨੀ ਜਾਊ ਤੁਸੀਂ ਜ਼ਹਿਰ ਖਾ ਲੋ ਤਾਂ ਤੁਹਾਡੀ ਮੰਗ ਮੰਨੀ ਜਾਊ ਤੁਸੀਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਕਹਿੰਦੇ ਜੀ ਮੈਂ ਐ ਕਰ ਲੂੰਗਾ ਖੁਦਕੁਸ਼ੀ ਕਰੂੰ ਉਹ ਤਾਂ ਮੰਗ ਮੰਨੀ ਜਾਊ ਸੋ ਇਹੋ ਜਿਹੇ ਹਾਲਾਤ ਬਣੇ ਪਏ ਆ ਜਿਉਂਦੇ ਜੀ ਵੀ ਬੰਦੇ ਦੀ ਕਦੇ ਮੰਗ ਮੰਨੀ ਜਾਣੀ ਚਾਹੀਦੀ ਬਿਲਕੁਲ ਮੈਂ ਵੀ ਇਹੀ ਕਹਿਣ ਲੱਗੀ ਸੀ ਟਾਣਾ ਸਾਹਿਬ ਵੀ ਜਦੋਂ ਤੱਕ ਬੰਦਾ ਜਿਉਂਦਾ ਹੈ ਉਦੋਂ ਤੱਕ ਕਦੇ ਨਹੀਂ ਕਿਹਾ ਜਾਂਦਾ ਵੀ ਠੀਕ ਐ ਕੋਈ ਗੱਲ ਨਹੀਂ ਤੁਸੀਂ ਆਪਣਾ ਅੰਦੋਲਨ ਜਿਹੜਾ ਉਹ ਖਤਮ ਕਰੋ ਜੋ ਤੁਸੀਂ ਚਾਹੁੰਦੇ ਹੋ ਸਰਕਾਰਾਂ ਤੁਹਾਡੇ ਨਾਲ ਨੇ ਸੀ ਕਰਕੇ ਵਿਖਾਵਾਂਗੇ ਪਰ ਜਦੋਂ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਗਰੰਟਾਂ ਵੀ ਜਾਰੀ ਹੋ ਵੀ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵਾਅਦੇ ਵੀ ਕਰ ਲਏ ਜਾਂਦੇ ਨੇ ਕਿ ਸਾਡੀਆਂ ਸਰਕਾਰਾਂ ਸਿਰਫ ਮਰਨ ਦੀ ਉਡੀਕ ਕਰ ਰਹੀਆਂ ਹੁੰਦੀਆਂ ਨੇ ਜਾਂ ਉਦੋਂ ਸਿਰਫ ਕੁਰਸੀ ਦੇ ਡਰ ਤੋਂ ਵੀ ਰੋਲਾ ਨਾ ਪੈ ਜਾਵੇ ਕਿਤੇ ਦਬ ਨਾ ਲੈਣ ਸਾਨੂੰ ਇਹ ਕਿਤੇ ਮੁੱਦਾ ਜਿਹੜਾ ਭੱਖ ਨਾ ਜਾਵੇ ਉਸ ਡਰ ਤੋਂ ਤੇ ਫਿਰ ਇਹ ਗੱਲਾਂ ਕਰਨ ਲੱਗ ਜਾਂਦੇ ਨੇ ਸੋ ਸ਼ਰਮ ਆਉਣੀ ਚਾਹੀਦੀ ਮੈਨੂੰ ਬਿਲਕੁਲ ਤੇ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਨਾ ਪੰਜਾਬ ਦੀ ਕਿਸਾਨੀ ਨੂੰ ਵੀ ਤੁਸੀਂ ਇਸ ਵਕਤ ਆਪਣੇ ਏਕੇ ਦੇ ਸਦਕਾ ਬਹੁਤ ਉਤਲੀ ਥਾਂ ਦੇ ਉੱਤੇ ਉੱਚੀ ਥਾਂ ਤੇ ਸੰਘਰਸ਼ ਲੈ ਗਏ ਹੋ ਹੁਣ ਔਰਤਾਂ ਵੀ ਬੱਚੇ ਵੀ ਤੇ ਬਜ਼ੁਰਗ ਵੀ ਇਸ ਸੰਘਰਸ਼ ਦੇ ਵਿੱਚ ਹੈ ਸ਼ਾਇਦ ਤੁਸੀਂ ਇੱਕ ਖਬਰ ਪਿਛਲੇ ਦਿਨੀ ਪੜ੍ਹੀ ਹੋ ਬਰਨਾਲੇ ਦੇ ਵੱਲ ਜਿਹੜਾ ਧਰਨਾ ਲੱਗਾ ਹੋਇਆ ਉਸ ਧਰਨੇ ਦੇ ਵਿੱਚ ਇੱਕ 75 ਸਾਲ ਦਾ ਹਰਮਨਜੀਤ ਬਾਬਾ ਆਇਆ ਜੀ ਉਸ ਬਾਬੇ ਨੇ ਆ ਕੇ ਗੱਲ ਕਹੀ ਪ੍ਰਬੰਧਕਾਂ ਨੂੰ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਆ ਉਹਨਾਂ ਨੂੰ ਵੀ ਆ ਮੇਰਾ 1000 ਰੁਪਈਆ ਵੀ ਇਸ ਯੋਗਦਾਨ 'ਚ ਪਾ ਲਓ ਜੀ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਤਾਂ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਹੋ ਤੁਸੀਂ ਸਾਨੂੰ 1 ਰੁਪਈਆ ਦੇ ਦਿਓ ਤੁਹਾਡਾ 1 ਹੀ ਅਸੀਂ ਲੱਖ ਵਰਗਾ ਮੰਨਾਂਗੇ ਤਾਂ ਬਾਬੇ ਨੇ ਅੱਗੋਂ ਇਹ ਗੱਲ ਕਹੀ ਆ ਕਿ ਮੈਂ ਬਣਾਉਣੀ ਤਾਂ ਆਪਦੀ ਐਨਕ ਸੀ ਹੂੰ ਮੈਨੂੰ ਦਿਸਦਾ ਘੱਟ ਆ ਮੈਂ ਪਰੇਸ਼ਾਨ ਬਹੁਤਾ ਪਰ ਕਿਸਾਨੀ ਦੀ ਪਰੇਸ਼ਾਨੀ ਤੋਂ ਵੱਡੀ ਮੇਰੇ ਕਾ ਅੱਖਾਂ ਦੀ ਪਰੇਸ਼ਾਨੀ ਨਹੀਂ ਮੈਂ 1000 ਰੁਪਏ ਹੀ ਦੇਣਾ ਇਹੋ ਜਿਹਾ ਜਜ਼ਬਾ ਕਦੇ ਕਦੇ ਲੱਭਦਾ ਇਹੋ ਜਿਹਾ ਜਜ਼ਬਾ ਆਮ ਤੌਰ ਤੇ ਦੇਖਣ ਨੂੰ ਮਿਲਦਾ ਨਹੀਂ ਹੁਣ ਜਦੋਂ ਸਿਖਰ ਦੇ ਉੱਤੇ ਸੰਘਰਸ਼ ਪਹੁੰਚਿਆ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਦੇ ਬੰਦੇ ਵਿੱਚ ਵੜ ਕੇ ਇਹ ਸੰਘਰਸ਼ ਨੂੰ ਖਤਮ ਵੀ ਕਰਨਾ ਜਿਵੇਂ ਬਰਗਾੜੀ ਵਾਲਾ ਮੋਰਚਾ ਖਤਮ ਕੀਤਾ ਜਿਵੇਂ ਅੰਨਾ ਹਦਾਰੇ ਦਾ ਅੰਦੋਲਨ ਖਤਮ ਕੀਤਾ ਸੀਗਾ ਸੋ ਉਹ ਪਤਾ ਹੀ ਨਹੀਂ ਲੱਗਿਆ ਹਵਾ ਦੇ ਬੁੱਲੇ ਵਾਂਗੂ ਸੰਘਰਸ਼ ਗਏ ਕਿੱਧਰ ਇਸ ਕਰਕੇ ਜੋਸ਼ ਦੇ ਨਾਲ-ਨਾਲ ਆਪਾਂ ਹੋਸ਼ ਵੀ ਬਰਕਰਾਰ ਰੱਖਣਾ ਤੇ ਆਪਣੇ ਸੰਘਰਸ਼ ਨੂੰ ਤਾਰ ਪੀਡੋ ਹੁਣ ਕੀਤਾ ਜਾਣਾ ਇਸ ਗੱਲ ਦੇ ਲਈ ਚੁੱਕਨੇ ਰਹਿਣਾ ਬਿਲਕੁਲ ਸਹੀ ਸੋ ਮੈਂ ਬੜੀ ਹੈਰਾਨ ਸੀ ਟਾਣਾ ਸਾਹਿਬ ਜੋ ਤਸਵੀਰਾਂ ਸਾਹਮਣੇ ਆਈਆਂ ਇਹ ਸੰਘਰਸ਼ ਦੀਆਂ ਇਸ ਅੰਦੋਲਨ ਦੀਆਂ ਕਿ ਬੱਚੇ ਵੀ ਔਰਤਾਂ ਵੀ ਉੱਥੇ ਬਰਾਬਰ ਦੇ ਵਿੱਚ ਕਹਿ ਲਓ ਵੀ ਮੋਢੇ ਨਾਲ ਜੋੜ ਕੇ ਉਹ ਬੈਠੀਆਂ ਨੇ ਆਪਣੀਆਂ ਮੰਗਾ ਮਨਵਾਉਣ ਦੇ ਲਈ ਸੋਨਾ ਸਾਰੇ ਲੋਕਾਂ ਨੂੰ ਜਿਹੜੇ ਇੰਨਾ ਜ਼ਿਆਦਾ ਕਹੋ ਪੇਸ਼ੈਂਸ ਰੱਖ ਕੇ ਜਿਹੜੇ ਇੰਨਾ ਜ਼ਿਆਦਾ ਹੌਸਲਾ ਰੱਖ ਕੇ ਇੰਨੀ ਗਰਮੀ ਦੇ ਵਿੱਚ ਇੰਨੀ ਤਪਦੀ ਧੁੱਪ ਦੇ ਵਿੱਚ ਉੱਥੇ ਬੈਠੇ ਨੇ ਮੰਗਾ ਮਨਵਾਉਣ ਦੇ ਲਈ ਉਹਨਾਂ ਸਾਰੇ ਲੋਕਾਂ ਨੂੰ ਲੱਖ ਲੱਖ ਵਾਰ ਸਲਾਮ ਹੈ ਕਿਉਂਕਿ ਪਤਾ ਲੱਗਦਾ ਹੈ ਇਹ ਦਿਖ ਰਿਹਾ ਹੈ ਕਿ ਕੀ ਪੀੜ ਹੁੰਦੀ ਹੈ ਇਹ ਸੱਚੀ ਕਿਉਂਕਿ ਆਪਾਂ ਵੀ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ ਲੋਕਾਂ ਇਹ ਆਪਾਂ ਇਸ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਇਸ ਵੇਲੇ ਕੀ ਬੀਤ ਰਹੀ ਹੋਏਗੀ ਤੇ ਕਿੰਨਾ ਭਵਿੱਖ ਦਾ ਡਰ ਸਤਾਰਿਆ ਹੋਏਗਾ ਵੀ ਪਤਾ ਨਹੀਂ ਕੀ ਹੋ ਜਾ ਮੈਂ ਨਾ ਕਦੇ ਨਿੱਜੀ ਗੱਲ ਇਹ ਕੀਤੀ ਨਹੀਂ ਕੱਲ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਕਹਿੰਦਾ ਵੀ ਤੂੰ ਤਾਂ ਇੱਥੇ ਪੱਤਰਕਾਰੀ ਕਰਦਾ ਵੀ ਤੂੰ ਕਿਸਾਨੀ ਸੰਘਰਸ਼ ਦੇ ਬਾਬਤੇ ਇਹਨਾਂ ਕਿਉਂ ਬੋਲਦਾ ਤੇ ਲਿਖਦਾ ਮੈਂ ਕਿਹਾ ਮੈਂ ਤੇ ਮੇਰੀ ਭੈਣ ਤੇ ਮੇਰੀ ਮਾਂ ਅਸੀਂ ਤਿੰਨੇ ਜਾਣੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਘਾਹ ਖੋਤਣ ਜਾਂਦੇ ਰਹੇ ਹਾਂ ਅਸੀਂ ਲੋਕਾਂ ਦੇ ਖੇਤਾਂ ਦੇ ਵਿੱਚੋਂ ਨਰਮੇ ਦੀਆਂ ਫੁੱਟੀਆਂ ਜੜੀਆਂ ਹੁੰਦੀਆਂ ਛੋੜ ਜੀ ਨੂੰ ਕਹਿੰਦੇ ਆ ਉਹ ਚੁਗਣ ਜਾਂਦੇ ਰਹੇ ਹਾਂ ਅਸੀਂ ਜਿਹੜੇ ਨਰਮੇ ਦੇ ਟੂਸੇ ਆ ਉਹ ਵੱਢਣ ਜਾਂਦੇ ਰਹੇ ਹਾਂ ਅਸੀਂ ਖੇਤਾਂ ਦੇ ਵਿੱਚੋਂ ਨਾ ਬੱਟਾਂ ਦੇ ਉੱਤੇ ਮੱਝਾਂ ਚਾਰਦੇ ਰਹੇ ਹ ਉਹ ਸਾਰੀਆਂ ਵਟਾਂ ਉਹ ਸਾਰੇ ਖੇਤ ਕਿਸਾਨਾਂ ਦੇ ਸੀਗੇ ਇਸ ਕਰਕੇ ਸਾਡੇ ਮਨ ਦੇ ਵਿੱਚੋਂ ਪੀੜ ਉੱਠਦੀ ਆ ਵੀ ਅਸੀਂ ਯਾਰ ਜੇਕਰ ਕਿਸਾਨੀ ਦੇ ਬਾਬਤ ਸੁੱਖ ਨਾ ਮੰਗਾਗੇ ਸਾਡੀ ਰੋਟੀ ਵੀ ਤਾਂ ਐ ਚੱਲੀ ਅਸੀਂ ਤਾਂ ਬਚੇ ਰਹੇ ਸੋ ਉਹਨਾਂ ਦੇ ਬਚਣ ਦੀ ਸੀ ਕਿਉਂ ਨਾ ਕਾਮਨਾ ਕਰਗੇ ਜਿਹੜੇ ਲੋਕ ਦਿਨ ਰਾਤ ਇੱਕ ਕਰਦੇ ਆ ਫਸਲਾਂ ਉਹਨਾਂ ਦੀਆਂ ਖੜੀਆਂ ਉਹਨਾਂ ਨੂੰ ਪਾਣੀ ਲਾ ਕੇ ਤੇ ਫੇਰ ਉਹ ਧਰਨੇ 'ਚ ਆ ਜਾਂਦੇ ਆ ਖੇਤ ਗੇੜਾ ਮਾਰ ਕੇ ਫੇਰ ਧਰਨੇ 'ਚ ਆ ਜਾਂਦੇ ਆ ਕਿਸੇ ਦੇ ਜੀ ਕਰਦਾ ਇਦਾਂ ਕਰ ਨੂੰ ਬਿਲਕੁਲ ਸੋ ਇਸ ਵੇਲੇ ਤਾਂ ਮੈਨੂੰ ਲੱਗਦਾ ਚਾਹੇ ਕੋਈ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਇਆ ਉਹ ਸਭ ਨੂੰ ਕਿਸਾਨ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਅਸੀਂ ਸਿੱਧਾ ਹੀ ਆ ਸਿੱਧੇ ਤੌਰ ਤੇ ਇਹਨਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਜੇ ਇਹ ਸਲਾਮਤ ਰਹਿਣਗੇ ਤਾਂ ਸਾਡੀ ਰਸੋਈ ਸਾਡਾ ਢਿੱਡ ਸਲਾਮਤ ਰਹੂਗਾ ਜੇ ਕਿਸਾਨਾਂ ਨੂੰ ਕੁਝ ਹੋ ਗਿਆ ਤਾਂ ਬਚਣਾ ਅਸੀਂ ਵੀ ਬਿਲਕੁਲ ਸਹੀ ਜੱਜ ਦਾ ਵਿਚਾਰ ਤੇ ਹੁਣ ਅਗਲੀਆਂ ਖਬਰਾਂ ਵੱਲ ਵਧਿਆ ਟਾਣਾ ਸਾਹਿਬ ਬਿਲਕੁਲ ਹਰਮਨ ਜੀ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਹੁੰਨਾ ਕਿ ਜਦੋਂ ਕਦੇ ਹਾਰ ਸਾਹ ਵਾਪਰ ਜਾਂਦਾ ਨਾ ਜੀ ਉਸ ਤੋਂ ਬਾਅਦ ਲੋਕ ਆਪਣੀਆਂ ਇੱਕ ਪਾਸੇ ਗੱਡੀਆਂ ਖੜਾ ਕੇ ਤੇ ਛੱਤਰ ਪੋਲਾ ਕਾਹਤੋਂ ਖੜਕਾਉਂਦੇ ਆ ਮੰਨ ਲਓ ਤੁਹਾਡੀ ਸਕੂਟਰੀ 'ਚ ਮੇਰਾ ਮੋਟਰਸਾਈਕਲ ਵੱਜ ਗਿਆ ਜਾਂ ਮੇਰੇ ਮੋਟਰਸਾਈਕਲ ਦੇ ਵਿੱਚ ਕੋਈ ਹੋਰ ਚੀਜ਼ ਵੱਜ ਗਈ ਜਦੋਂ ਵੱਜ ਗਈ ਜਦ ਬਪ ਹੈ ਗਈ ਮੇਰੇ ਚੀਟ ਵੱਜ ਗਈ ਮੈਂ ਡਿੱਗ ਪਿਆ ਬਾਅਦ ਦੇ ਵਿੱਚ ਖੜ ਕੇ ਮੈਂ ਉਹਦੇ ਚ ਪੇੜਾ ਮਾਰ ਦਿਆ ਜਾਂ ਉਹ ਮੇਰੇ ਮਾਰਦੇ ਉਹ ਕਿਹੜਾ ਠੀਕ ਹੋਣਾ ਬਿਲਕੁਲ ਸਹੀ ਉਸ ਤੋਂ ਬਾਅਦ ਜਿਹੜੇ ਲੋਕ ਲੜਦੇ ਨਾ ਮੈਨੂੰ ਤੇ ਹੈਰਾਨ ਹੁੰਨਾ ਵੀ ਇਹ ਬਾਕੀਆਂ ਨੂੰ ਵੀ ਤੰਗ ਕਰਦੇ ਮਗਰ ਇੰਨਾ ਜਾਮ ਲੱਗ ਜਾਂਦਾ ਪਾ ਪੂੰ ਪਾ ਪੂੰ ਟਾਂ ਟੂਨ ਟਾਂ ਟੂ ਹੁੰਦੀ ਰਹਿੰਦੀ ਆ ਤੇ ਇਧਰ ਜੂਤ ਪਤਾਣ ਚੱਲਦਾ ਹੁੰਦਾ ਕਦੇ ਕਰੇ ਤਾਂ ਮੈਂ ਇਨਾ ਹੈਰਾਨ ਤੇ ਪਰੇਸ਼ਾਨ ਹੁੰਨਾ ਵੀ ਜਦੋਂ ਨਾ ਲਾਲ ਬੱਤੀ ਹੋਈ ਆ ਵੀ ਉੱਥੇ ਕੋਈ ਸੌਣ ਦੇ ਲਈ ਤਾਂ ਆਇਆ ਨਹੀਂਗਾ ਉੱਥੇ ਲਾਲ ਬੱਤੀ ਦੇ ਉੱਤੇ ਵੀ ਹਾਰਨ ਤੇ ਹੱਥ ਰੱਖੇ ਹੋਣਗੇ ਸਾਡੇ ਪਾ ਪੜੂ ਪਾ ਪੜੂ ਚਲੀ ਜਾਊਗਾ ਵੀ ਭਾਈ ਮਰ ਜਾਣੇ ਉਹ ਚੁੱਪ ਕਰ ਜੋ 2 ਮਿੰਟ ਲੇਟ ਚਲੇ ਜਾਊਗਾ ਜੀ 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 ਕਿੰਟ ਰਹਿ ਜਾਂਦੇ ਆ ਨਾ ਉਦੋਂ ਇਹਨਾਂ ਹੌਲ ਪੈਣ ਲੱਗ ਜਾਂਦਾ ਵੀ ਬਸ ਇਹ ਪੰਜ ਵੀ ਤਾਂ ਨਿਕਲਣਾ ਨਹੀਂ ਨਾ ਜਿੱਥੇ ਵੀ ਇਹਨਾਂ ਨੂੰ ਪਹੁੰਚਣਾ ਹੁੰਦਾ ਉੱਥੇ ਅੱਧਾ ਘੰਟਾ ਲੇਟ ਜਾਣਗੇ ਫਿਰ ਵੀ ਕਦੇ ਵੀ ਕੋਈ ਸਮੇਂ ਤੇ ਨਹੀਂ ਪਹੁੰਚਿਆ ਪਰ ਕਾਲ ਹਰੇਕ ਨੂੰ ਆ ਉਹ ਮੈਨੂੰ ਇੱਕ ਗੱਲ ਚੇਤੇ ਆ ਗਈ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਬੰਦੇ ਦਾ ਜਿਹੜਾ ਮੋਟਰਸਾਈਕਲ ਆ ਉਹ ਇੱਕ ਸਕੂਟਰੀ 'ਚ ਵੱਜ ਗਿਆ ਹੂੰ ਉਹ ਕੁੜੀ ਐ ਕੋ ਬੜਬੜ ਕਰਨ ਲੱਗ ਪਈ ਵੀ ਤੁਹਾਨੂੰ ਅੰਨੇ ਆ ਜਿਸ ਦਾ ਨਿਗਾ ਤੁਹਾਨੂੰ ਸ਼ਰਮ ਹੈ ਨਹੀਂਗੀ ਮੈਂ ਉਹਦੀ ਕੁੜੀ ਹੁੰਨੀ ਆ ਮੈਂ ਤੈਨੂੰ ਐ ਕਰ ਦੂਗੀ ਮੈਂ ਤੈਨੂੰ ਸਿੱਧੀ ਥਾਣੇ ਲੈ ਜੂਗੀ ਉਹ ਕਹਿੰਦਾ ਭੈਣ ਜੀ ਬਹੁਤ ਬਹੁਤ ਮੁਬਾਰਕ मुबारक बहुत मुबारक कैदिया कैं मोटरसाइकिल वैसे मैं ट्रकना फिर <laughs> हाँ? <laughs> 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 नहीं बीबीज ने अगे होना चल गया होने ਪਰ ਨਹੀਂ ਟਣਾ ਸਭ ਸਾਡੇ ਲੋਕਾਂ ਦੇ ਕੋਲ ਸਹਿਨਸ਼ੀਲਤਾ ਹੈ ਨਹੀਂ ਅਸੀਂ ਤਾਂ ਨਾ ਮਤਲਬ ਹੱਦ ਹੀ ਕਰ ਜਾਂਦੇ ਆ ਕੀ ਦਸੀਏ ਵੀ ਬੱਤੀ ਕਿਸੇ ਦੀ ਲਾਲ ਜਿਹੜੀ ਆ ਹੋਈ ਹੁੰਦੀ ਆ ਹਰੀ ਕਿਸੇ ਦੀ ਹੁੰਦੀ ਆ ਤੁਰੀ ਕੋਈ ਵਿੱਚ ਫਿਰਦਾ ਹੁੰਦਾ ਕੋਈ ਕਿਧਰੋਂ ਦੀ ਨਿਕਲ ਆਉਂਦਾ ਕੋਈ ਕਿਧਰੋਂ ਦੀ ਨਿਕਲ ਆਉਂਦਾ ਇਹ ਤਾਂ ਸੱਚੀ ਨਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਵਾਕਈ ਰੱਬ ਹੀ ਚਲਾ ਰਿਹਾ ਇਸ ਮੁਲਕ ਨੂੰ ਹੁੰਦਾ ਚੱਲਣ ਵਾਲੇ ਹਾਲਾਤ ਹੈ ਨਹੀਂ ਸੀ ਜੀ ਤੇ ਆਪਾਂ ਹੁਣ ਅਗਲੀ ਖਬਰ ਦੀ ਸਾਂਝ ਪਾਈਏ ਐਂ ਜ਼ੋਰ ਦੇ ਕੇ ਵੀ ਨਾ ਕੋਈ ਵੀ ਚੱਲਣ ਵਾਲੇ ਹਾਲਾਤ ਨਹੀਂ ਪਤਾ ਕੋਈ ਨਹੀਂ ਕਿਹੜਾ ਭਗਤ ਉੱਠ ਕੇ ਕਹੇ ਦੇਸ਼ ਧਰੋਈ ਹੈ ਇਹ ਸਾਨੂੰ ਭਾਈ ਦੇਸ਼ ਦੇ ਉੱਤੇ ਮਾਣ ਆ ਪ੍ਰਬੰਧਾਂ ਦੇ ਉੱਤੇ ਗਿਲਾ ਜੀ ਸਾਡਾ ਦੇਸ਼ ਤਾਂ ਸਦਾ ਹੀ ਜੰਦਾਬਾਦ ਹੈ ਪਰ ਜਿਹੜੇ ਇਹਨੂੰ ਚਲਾਉਣ ਵਾਲੇ ਲੋਕ ਨੇ ਜਿਹੜੇ ਸਿਰਫ ਆਪਣੇ ਨਿੱਜੀ ਮਫਾਦਿਆਂ ਦੇ ਵੱਲ ਧਿਆਨ ਦਿੰਦੇ ਨੇ ਸਾਨੂੰ ਉਹਨਾਂ ਤੇ ਹਰਖ ਜ਼ਰੂਰ ਹੈ ਤੇ ਆਪਾਂ ਖਬਰ ਵੱਲ ਨੂੰ ਚੱਲੀਏ ਜਾਣਾ ਸਾਹਿਬ ਮੈਂ ਅੱਜ ਇੱਕ ਹੋਰ ਖਬਰ ਪੜ੍ਹੀ ਕਹਿੰਦੇ ਵੀ ਪਾਕਿਸਤਾਨ ਵਾਲੇ ਨੇ ਨਾ 3 ਕਰੋੜ ਗੱਦਾ ਕਹਿੰਦੇ ਚੀਨ ਨੂੰ ਵੇਚਣਾ ਹਾਂਜੀ ਤਾਂ ਮੈਂ ਕਿਹਾ ਸਾਡੇ ਵਾਲਾ ਵੀ ਲੈ ਜਿਓ ਤੇ ਆਪਾਂ ਖਬਰ ਵੱਲੋਂ ਚੱਲੀਏ ਟਾਣਾ ਸਾਹਿਬ ਮੈਂ ਕਦੋਂ ਨਹੀਂ ਤੁਹਾਨੂੰ ਉੱਧਰ ਨੂੰ ਮੋੜਨਾ ਚਾਹ ਰਹੀਆਂ ਚਾਹ ਰਹੀਆਂ ਪਰ ਤੁਸੀਂ ਨਹੀਂ ਹਟ ਰਹੇ ਤੇ ਚਲੋ ਆਪਾਂ ਖਬਰ ਦੀ ਸਾਂਝ ਪਾਉਨੇ ਆ ਕਿ ਤੀਜੇ ਘਰ ਵਾਲੇ ਨੂੰ ਵੀ ਠੱਗਣ ਵਾਲੀ ਫੜ ਲਈ ਮਲੇ ਕਿਹੜੀ ਬੀਮਾਾਨ ਬੀਗੀ ਜਦੋਂ ਆਰਤ ਪੈ ਗਈ ਠੱਗੀ ਮਾਰਨ ਦੀ ਫਿਰ ਤੀਜਾ ਹੋਵੇ ਪੰਜਵਾਂ ਹੋਵੇ ਨੋਵਾਂ ਹੋਵੇ ਨਹੀਂ ਨਹੀਂ ਪਰ ਇਹ ਕਿਹੜੀ ਠੱਗੀ ਦੀ ਆ ਤਾਂ ਵੀ ਤੀਜਾ ਘਰ ਵਾਲਾ ਤੇ ਉਹਨੂੰ ਵੀ ਠੱਗ ਲਿਆ हद ਹੋ ਗਈ ਇਹ ਗੱਲਾਂ ਸਾਨੂੰ ਅਲੋ ਕਰਕੇ ਲੱਗਦੀਆਂ ਇਹ ਗੱਲਾਂ ਸਾਨੂੰ ਹੈਰਾਨ ਕਰਦੀਆਂ ਜਿਨ੍ਹਾਂ ਦਾ ਕਿਤਾ ਹੀ ਇਹ ਆ ਉਹਨਾਂ ਨੂੰ ਥੋੜੀ ਹੈਰਾਨ ਕਰਦੀਆਂ ਉਹਦੇ ਲਈ ਤਾਂ ਤੀਜਾ ਘਰ ਵਾਲਾ ਹੋਵੇ ਜਾਂ ਬਾਰਵਾਂ ਹੋਵੇ ਜਾਂ ਪਹਿਲਾ ਹੋਵੇ ਉਹਦੇ ਲਈ ਗਾਹਕ ਆ ਉਹਨਾਂ ਤਾਂ ਆਪਦੀ ਨਜ਼ਰ ਗਾਹਕ ਦੇ ਮੁਤਾਬਕ ਰੱਖਣੀ ਆ ਹੁਣ ਪਤਾ ਲੱਗਾ ਜੀ ਜਗਰਾਉਂ ਦੇ ਵੱਲ ਇੱਕ ਪਿੰਡ ਆ ਉਥੋਂ ਦੀ ਇੱਕ ਬੀਬੀ ਨੂੰ ਉਹਦੇ ਟੱਬਰ ਦੇ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹ ਬੀਬੀ ਆ ਜਿਹੜੀ ਉਹ ਪੈਸੇ ਲੈਂਦੀ ਸੀਗੀ ਤੇ ਕੈਨੇਡਾ ਦੇ ਨਾਂ ਦੇ ਉੱਤੇ ਤੇ ਠੱਗ ਠੋਕੇ ਪੈਸੇ ਵੀ ਮੈਂ ਬਾਹਰ ਤੈਨੂੰ ਲੈ ਜੂੰਗੀ ਤੇ ਫਿਰ ਅਗਲਾ ਵਿਆਹ ਕਰਵਾ ਲੈਂਦੀ ਸੀ ਫਿਰ ਔਰੇ ਤੇ ਦੋਸ਼ ਲਾ ਕੇ ਫਿਰ ਤੀਜਾ ਵਿਆਹ ਕਰਵਾ ਲਿਆ ਉਹਨੇ ਪਰ ਜਿਹੜਾ ਇਹ ਦੂਜਾ ਵਿਆਹ ਸੀਗਾ ਉਹ ਜਿਹੜਾ ਟੱਬਰ ਆ ਉਹਨਾਂ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕਰਵਾਈ ਆ ਤੇ ਤੀਜੇ ਦੇ ਕੋਲੋਂ ਫੜੀ ਗਈ ਆ ਤੇ ਪਹਿਲਾ ਇਹਨੇ ਵੈਸੇ ਛੱਡਿਆ ਸੀ ਟਹਿੜਾ ਜਾਬ ਤੁਹਾਡੀ ਗੱਲ ਸੁਣ ਕੇ ਮੈਂ ਤਾਂ ਆਪ ਹੀ ਗੁੰਝਲਾਂ ਦੇ ਵਿੱਚ ਫਸ ਗਈ ਆ ਵੀ ਪਹਿਲਾ ਛੱਡਿਆ ਸੀ ਤੀਜੇ ਦੇ ਕੋਲੋਂ ਫੜੀ ਗਈ ਆ ਤੇ ਦੂਜੇ ਘਰ ਵਾਲੇ ਦੀ ਕੰਪਲੇਂਟ ਸੀ ਹੈਨਾ ਦੇਖੋ ਇਸ ਬੀਬੀ ਨੂੰ ਇਹ ਬਚਪਨ ਦੇ ਵਿੱਚ ਗੱਲ ਸਿਖਾਈ ਗਈ ਆ ਵੀ ਬੰਦਾ ਡਿਗ ਡਿਗ ਕੇ ਸਵਾਰ ਹੁੰਦਾ ਠੀਕ ਆ ਬਈ ਬੰਦਾ ਦਾ ਜੇਕਰ ਇੱਕ ਵਾਰੀ ਠੇਡਾ ਖਾ ਕੇ ਡਿੱਗ ਪੇ ਫਿਰ ਉਠੋ ਫਿਰ ਦੌੜੋ ਫਿਰ ਡਿੱਗ ਪੇ ਫਿਰ ਉਠੋ ਫਿਰ ਦੌੜੋ ਇੱਕ ਦਿਨ ਇੱਕ ਦਿਨ ਜ਼ਿੰਦਗੀ ਦੇ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਨੂੰ ਬਚਪਨ ਚ ਗਲਤ ਗੱਲ ਸਿਖਾ ਦਿੱਤੀ ਗਈ ਹੈ ਹਾਂ ਪਰ ਜਿਨ੍ਹਾਂ ਨੇ ਹੁਣ ਫੜਿਆ ਉਹਨਾਂ ਨੇ ਭੰਜੋਗੀ ਰਹਿਣ ਨਹੀਂ ਤੇੜੀ ਉੱਠਣ ਜੋਗੀ ਵੀ ਨਹੀਂ ਰਹਿਣ 12 18 20 20 ਲੱਖ ਰੁਪਏ ਨੂੰ ਚੋਪੜ ਦਿੰਦੀ ਸੀ ਹਾਦੀ ਹੋ ਗਈ ਤੇ ਬਾਅਦ ਦੇ ਵਿੱਚ ਉਹੀ ਗੱਲ ਮੈਨੂੰ ਦਜ ਮੰਗਦਾ ਮੈਨੂੰ ਕੁੱਟਦਾ ਤੇ ਮੈਨੂੰ ਗਾਲਾਂ ਕੱਢਦਾ ਇਹਦਾ ਟੱਬਰ ਮੈਨੂੰ ਸਹੀ ਨਹੀਂ ਸਮਝਦਾ ਤੂੰ ਤਾਂ ਬਹੁਤ ਕੁਝ ਸਹੀ ਸਮਝਦੀ ਹੈ ਚੋਪੜ ਕੇ ਗਾਹ ਨਿਕਲ ਜਾਨ ਗੱਲ ਤੁਹਾਡੀ ਸਹੀ ਹੈ ਟਾਣਾ ਸਾਹਿਬ ਪਰ ਨਾ ਜਿਹੋ ਜਿਹੇ ਖਬਰਾਂ ਅੱਜ ਕੱਲ ਪੰਜਾਬ ਤੋਂ ਸਾਹਮਣੇ ਆਉਣ ਲੱਗ ਗਈਆਂ ਨਾ ਇੱਕ ਕਦੀ ਫਿਲਮਾਂ 'ਚ ਵੇਖੀਦਾ ਸੀ ਵੀ ਐਵੇਂ ਹੁੰਦਾ ਐਵੇਂ ਹੁੰਦਾ ਐਵੇਂ ਹੁੰਦਾ ਪਰ ਹੁਣ ਤਾਂ ਸੱਚ ਹੋ ਗਿਆ ਮੈਂ ਇਹਦੇ ਕਾ ਫੋਟੋਆਂ ਦੇਖੀਆਂ ਅਖਬਾਰ ਦੇ ਵਿੱਚ ਉਹ ਚੂੜਾ ਪਾਇਆ ਐ ਜੇ ਕਰਕੇ ਫੋਟੋਆਂ ਵੀ ਖਿਚਵਾਈਆਂ ਤੀਜੇ ਦੇ ਨਾਲ ਉਹ ਐ ਜੇ ਕਰਕੇ ਮੈਂ ਜੀ ਆ ਐ ਕਰਕੇ ਨਾ ਕਰਕੇ ਦਿਲ ਦਾ ਬਣਾ ਕੇ ਛੜਿਆ ਜਾ ਤੇ ਵਿੱਚੋਂ ਤੀਜਾ ਨਿਕਲ ਕਿੰਦਾ ਵਾਲੇ ਵਾਲੇ ਆਲੇ ਜੱਜ ਦਾ ਵਿੱਚ ਹਰਮਨਜੀਤ ਪਟਿਆਲੇ ਦੇ ਵਿੱਚ ਨਾ ਜਿਹੜੇ ਬੇਰੁਜ਼ਗਾਰ ਅਧਿਆਪਕ ਆ ਉਹਨਾਂ ਨੇ ਭੀਖ ਮੰਗੀ ਆ ਉਹਨਾਂ ਨੇ ਪੈਸੇ ਇਕੱਠੇ ਕੀਤੇ ਆ ਕਿਤੋਂ 1 ਰੁਪਈਆ ਕਿਤੋਂ 5 ਰੁਪਈਆ ਕਿਤੋਂ 2 ਰੁਪਈਆ ਐਦਾਂ ਭੀਖ ਇਕੱਠੀ ਕੀਤੀ ਆ ਉਹਨਾਂ ਨੇ 873 ਰੁਪਈਆ ਦਾ ਬਨੀਆ ਡਰ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਰਕੇ ਸੰਕੇਤਕ ਤੌਰ ਦੇ ਉੱਤੇ ਸ਼ਰਮ ਦਿੱਤੀ ਆ ਉਹ ਕਹਿੰਦੇ ਦੇਖੋ ਜੀ ਕਿ ਇਸ ਵਕਤ ਹਾਲਾਤ ਕੀ ਆ ਇਸ 873 ਦੇ ਵਿੱਚ 1000 ਹੋਰ ਮਿਲਾਓ ਹੂੰ ਤੇ ਜਿਹੜੀਆਂ ਅਸਾਮੀਆਂ ਖਾਲੀ ਆ ਤੇ ਉਹਨਾਂ ਨੂੰ ਪੂਰ ਕਰੋ ਤੇ ਨਹੀਂ ਤਾਂ ਭਾਈ ਸਾਡੇ ਨਾਲੋਂ ਵੱਧ ਲੋੜ ਤੁਹਾਨੂੰ ਸਰਕਾਰ ਚ ਲਾਉਣ ਦੇ ਲਈ ਪੈਸਿਆਂ ਦੀ ਆ ਲਓ 873 ਬਣਾ ਲਓ ਇੱਕ ਦਾ ਬੰਗਲਾ ਹੋਰ ਪਰ ਟੈਣਾ ਸਾਹਿਬ ਮੈਨੂੰ ਨੇ ਇੱਕ ਚੀਜ਼ ਸਮਝ ਨਹੀਂ ਆ ਰਹੀ ਵੀ ਪੰਜਾਬ ਚ ਜਾਂ ਪੂਰੇ ਮੁਲਕ ਦੇ ਵਿੱਚ ਖੁਸ਼ ਹੈ ਕੌਣ ਮਤਲਬ ਅਧਿਆਪਕ ਜਿਹੜੇ ਨੇ ਵਿਚਾਰੇ ਜਿਨ੍ਹਾਂ ਨੇ ਪੂਰੀ ਯੋਗਤਾ ਜਿਨ੍ਹਾਂ ਦੇ ਵਿੱਚ ਹੈ ਪੜ੍ਹਾਈ ਲਿਖਾਈ ਕਰਕੇ ਡਿਗਰੀਆਂ ਇਕੱਠੀਆਂ ਕੀਤੀਆਂ ਨੇ ਉਹ ਵੀ ਦੁਖੀ ਉਸ ਬਾਅਦ ਜਿਹੜਾ ਬੱਚਾ ਪੜ੍ਹ ਰਿਹਾ ਹੈ ਉਹ ਫੀਸਾਂ ਦਾ ਕਰਕੇ ਉਹ ਵੀ ਦੁਖੀ ਉਸ ਬਾਅਦ ਸਿਹਤ ਸਹੂਲਤਾਂ ਤਾਂ ਸਾਡੀਆਂ ਮਾੜੀਆਂ ਨੇ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਫਿਰ ਖੁਸ਼ ਹੈ ਕੌਣ ਮੈਨੂੰ ਇਹ ਨਹੀਂ ਸਮਝ ਆ ਰਹੀ ਖੁਸ਼ ਉਹ ਲੋਕ ਆ ਜਿਹੜੇ ਕਿ ਗੱਡੀਆਂ ਦੇ ਉੱਤੇ ਬਰਾਜਮਾਨ ਹੋ ਜਾਂਦੇ ਬਿਲਕੁਲ ਸਹੀ ਜਿਹੜੇ ਤਾਂ 58 ਸਾਲ ਪੂਰੇ ਕਰਕੇ ਪੈਨਸ਼ਨ ਨੂੰ ਤਰਸਦੇ ਆ ਉਹ ਤਾਂ ਵਿਚਾਰੇ ਕਹਿੰਦੇ ਵੀ ਇੰਨੇ ਸਾਲ ਤੋਂ ਸਾਨੂੰ ਮਿਲੀ ਨਹੀਂ ਇੰਨੇ ਮਹੀਨੇ ਤੋਂ ਸਾਡੀ ਰੋਕੀ ਹੋਈ ਆ ਕੋਈ ਤਨਖਾਹ ਰੋਕੇ ਹੋਣ ਕਰਕੇ ਬੇਨਤੀ ਕਰਦਾ ਵੀ ਭਾਈ ਕੁਝ ਨਾ ਕੁਝ ਕਰੋ ਕੋਈ ਸਾਰੀਆਂ ਡਿਗਰੀਆਂ ਕਰਨ ਦੇ ਬਾਵਜੂਦ ਨੌਕਰੀ ਨੂੰ ਤਰਸ ਰਿਹਾ ਪਰ ਇੱਕ ਵਾਰ ਜਿੱਤਣ ਤੋਂ ਬਾਅਦ 5 ਸਾਲ ਤਨਖਾਹਾਂ ਤੇ ਪੱਤੇ ਤੇ ਆਖਰੀ ਸਾਹ ਤੱਕ ਮੈਡੀਕਲ ਸਹੂਲਤਾਂ ਮੁਫਤ ਦੇ ਵਿੱਚ ਆ ਤੇ ਹੋਰ ਬਹੁਤ ਸਾਰੇ ਭੱਤੇ ਮਿਲਦੇ ਆ ਤੇ ਪੈਨਸ਼ਨਾਂ ਵੱਖਰੀਆਂ ਮਿਲਦੀਆਂ ਇਸੇ ਕਰਕੇ ਇਹ ਲੋਕ ਖੁਸ਼ ਆ ਜਿਹੜੇ ਅਸੀਂ ਚੁਣ ਲੈਨੇ ਆ ਤੇ ਜਿਨ੍ਹਾਂ ਨਹੀਂ ਚੁਣੇ ਤੇ ਉਹ ਲੋਕ ਦੁਖੀ ਆ ਜੀ ਮਤਲਬ ਜਿਹੜੇ ਕਹਿੰਦੇ ਸੀ ਵੀ ਤੁਹਾਡੇ ਦਿਨ ਬਦਲ ਜਾਣਗੇ ਉਹ ਲੋਕਾਂ ਦੇ ਨਹੀਂ ਬਦਲੇ ਪਰ ਆਪਣੇ ਬਦਲ ਕੇ ਉਹ ਬਹਿ ਗਏ ਤੇ ਆਪਣੀਆਂ ਜੇਬਾਂ ਭਰ ਲਈ ਅਸੀਂ ਸਮਝਣ 'ਚ ਗਲਤੀ ਕਰ ਜਾਂਦੇ ਆ ਅਸੀਂ ਸਮਝਣ 'ਚ ਗਲਤੀ ਕਰ ਗਏ ਜੀ ਉਹ ਕਹਿੰਦੇ ਸੀ ਨਾ ਅੱਛੇ ਦਿਨ ਆਉਣੇ ਵਾਲੇ ਹਨ ਅਸੀਂ ਸਮਝ ਗਏ ਵੀ ਸਾਡੇ ਤੇ ਆਉਣ ਵਾਲੇ ਆ ਜਦ ਕਿ ਅਸੀਂ ਵਿਚਲੀ ਢੰਡੀ ਨਹੀਂ ਫੜੀ ਵੀ ਕਿਹਦੇ ਉੱਤੇ ਆਉਣ ਵਾਲੇ ਆ ਜੀ ਬਿਲਕੁਲ ਤੇ ਜਿੱਦਾਂ ਉਹਨਾਂ ਨੇ ਕਿਹਾ ਸੀ ਉਦੋਂ ਆਪਣੇ ਚੰਗੇ ਦਿਨ ਲੈ ਵੀ ਆਏ ਆਗੇ ਬਿਲਕੁਲ ਆ ਗਏ ਨੇ ਪਰ ਟੈਣਾ ਸਾਹਿਬ ਗੱਲ ਇਹ ਹੈ ਵੀ ਪਤਾ ਨਹੀਂ ਕਿਉਂ ਇਹ ਮੋਲਕ ਲੋਕਾਂ ਨੂੰ ਐ ਲੱਗਦਾ ਜਿਹੜੇ ਭਗਤ ਨੇ ਉਹਨਾਂ ਨੂੰ ਐ ਲੱਗਦਾ ਵੀ ਇਸ ਦਾ ਤਰੱਕੀ ਬਹੁਤ ਕਰ ਲਈ ਇਸ ਦਾ ਬਹੁਤ ਅੱਗੇ ਵੱਧ ਰਹੇ ਆ ਪਰ ਜੇ ਉਹ ਹਿਸਾਬ ਦੇ ਨਾਲ ਮੋਲਕ ਜਿਹੜਾ ਉਹ ਥੱਲੇ ਨੂੰ ਆ ਰਿਹਾ ਹੈ ਪਤਾ ਨਹੀਂ ਭਵਿੱਖ ਕੀ ਹੋਣ ਵਾਲਾ ਸੋ ਵੇਖ ਮੈਨੂੰ ਤਾਂ ਦਿਸ ਹੀ ਜਾਂਦਾ ਜੀ ਬਾਕੀ ਜੇਕਰ ਮੈਂ ਇੱਥੇ ਬਹੁਤ ਗਿਆ ਨਾ ਪੱਖੀ ਗੱਲਾਂ ਕੀਤੀਆਂ ਤਾਂ ਸ਼ਾਇਰ ਕਿਸੇ ਨੂੰ ਇਹ ਲੱਗੇ ਜੀ ਕਿ ਇਹ ਕਿਸੇ ਪਾਰਟੀ ਨਾਲ ਨਾ ਜੁੜਿਆ ਹੋਵੇ ਕਿਉਂਕਿ ਘਰੇ ਬੈਠੇ ਪ੍ਰਮਾਣ ਪੱਤਰ ਜਾਰੀ ਕਰਨ ਵਾਲੇ ਸੱਜਣ ਵੀ ਬੜੇ ਹੁੰਦੇ ਆ ਪਰ ਅਸਲ ਦੇ ਵਿੱਚ ਸਭ ਦੇ ਸਾਹਮਣੇ ਸਾਰਾ ਕੁਝ ਜੇ ਖੁੰਨੇ ਜੇ ਬਣ ਕੇ ਬੈਠੇ ਰਹਿਣਾ ਜੇ ਇੱਕ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਲੇ ਤਾਂ ਉਹ ਹਾਲਾਤ ਨਹੀਂ ਬਦਲਦੇ ਜਿਸ ਦਾ ਸਭ ਨੂੰ ਹੀ ਆ ਪਰ ਕਿਸੇ ਦੀ ਕਿਸੇ ਪਾਰਟੀ ਨਾਲ ਸਾਂਝ ਆ ਇਸੇ ਦੀ ਦੂਜੀ ਨਾਲ ਸਾਂਝ ਆ ਇਸ ਕਰਕੇ ਆਪਦੇ ਆਧਿਆਨੀ ਨਜ਼ਰ ਆਉਂਦੀਆਂ ਗੱਲਾਂ ਆਪਦਿਆਂ ਨੂੰ ਜਦੋਂ ਅਸੀਂ ਮਾੜਾ ਕਹਿਣਾ ਸ਼ੁਰੂ ਕਰਤਾ ਨਾ ਵੀ ਭਾਈ ਤੁਸੀਂ ਕਿਹੜੇ ਚੰਗੇ ਹੋ ਤੁਸੀਂ ਵੀ ਐਉਂ ਕੀਤਾ ਅਸੀਂ ਅਕਾਲੀ ਕਾਂਗਰਸੀ ਭਾਜਪਾ ਵਾਲੇ ਬਸਪਾ ਵਾਲੇ ਕਾਮਰੇਡ ਬਾਅਦ ਚ ਹੋ ਸਕਦੇ ਆ ਪਰ ਪਹਿਲਾਂ ਅਸੀਂ ਪੰਜਾਬ ਦੇ ਨਾਗਰਿਕਾਂ ਪੰਜਾਬ ਦੇ ਪ੍ਰਤੀ ਜ਼ਿੰਮੇਦਾਰ ਆ ਉਹ ਜਿਹੜੀ ਮਿੱਟੀ 'ਚ ਜਨਮ ਲਿਆ ਜਿਹਦਾ ਹੁਣ ਤਾਂ ਹੀ ਖਾਦਾ ਜਿਹੜੀ ਸਾਹ ਜਿਹੜੀ ਹਵਾ ਦੇ ਵਿੱਚ ਅਸੀਂ ਸਾਹ ਲੈ ਰਹੇ ਆ ਉਹਦੇ ਤਾਂ ਸਕੇ ਹੋ ਲੋ ਬਾਕੀ ਪਾਰਟੀਆਂ ਦੇ ਅਸੀਂ ਬਾਅਦ 'ਚ ਬਣ ਜਾਵਾਂਗੇ ਅਸੀਂ ਪਹਿਲਾਂ ਇਨਸਾਨ ਆ ਅਸੀਂ ਇਨਸਾਨੀਅਤ ਪੁਗਾ ਲਈਏ ਬਾਕੀ ਸਾਰੀਆਂ ਗੱਲਾਂ ਬਾਅਦ 'ਚ ਹੋ ਜਾਣਗੀਆਂ ਕਿਉਂਕਿ ਜਿਸ ਹਿਸਾਬ ਦੇ ਨਾਲ ਸਾਡਾ ਮੁਲਕ ਡੁੱਬ ਰਿਹਾ ਹੈ ਜੇ ਹਾਲੇ ਵੀ ਨਾ ਬਚਾਇਆ ਤਾਂ ਸਿਰਫ ਗੱਲਾਂ ਰਹਿ ਜਾਣਗੀਆਂ ਵੀ ਐਦਾਂ ਹੁੰਦਾ ਸੀ ਜਿੱਦਾਂ ਅਸੀਂ ਆਪਣੇ ਇਤਿਹਾਸ ਬਾਰੇ ਗੱਲਾਂ ਕਰਦੇ ਆ ਵੀ ਐ ਸੀ ਐ ਸੀ ਐ ਸੀ ਤਾਂ ਉਹ ਸਿਰਫ ਉਹ ਵਾਲਾ ਇਤਿਹਾਸ ਚੇਤੇ ਕਰਨੀ ਰਹਿ ਜਾਣਾ ਨਹੀਂ ਤਾਂ ਜਿਹੜੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਸਾਡੇ ਅੱਜ ਦੇ ਬਾਰੇ ਜਦੋਂ ਚੇਤਾ ਕਰਨਗੇ ਵੀ ਸਾਡੇ ਮਾਪਿਆਂ ਵਾਰੀ ਆਹ ਕੋਸੀ ਤੋ ਉਹਨਾਂ ਕੋਲ ਕੁਝ ਨਹੀਂ ਰਹਿਣਾ ਮਾਨ ਕਰਦੇ। ਬਿਲਕੁਲ ਸਹੀ। ਹਰਮਨ ਜੀ ਨਾਮ ਬਦਲੇ ਜਾਣ ਤੋਂ ਪਹਿਲਾਂ ਪਹਿਲਾਂ ਤਾਜਮਹਿਲ ਇੱਕ ਵਾਰੀ ਫੇਰ ਖੁੱਲ ਜਾਣਾ। ਅੱਜ ਖੁੱਲ ਵੀ ਗਿਆ। ਅੱਛਾ ਜੀ। ਕਿਉਂਕਿ ਇਹ ਉਹ ਤਾਜਮਹਿਲ ਹੈ ਜਿਹਦੇ ਬਾਰੇ yogi Adityanath ਕਈ ਵਾਰੀ ਕਹਿ ਚੁੱਕੇ ਆ ਕਿ ਜੀ ਇਹਦਾ ਨਾਮ ਬਦਲ ਦੇਣਾ। ਕੋਈ ਕਹਿੰਦਾ ਇਹ ਤਾਂ ਚਿੱਟਾ ਕਬਰਿਸਤਾਨ ਆ ਕੋਈ ਕਹਿੰਦਾ ਵੀ ਇਹ ਕਿਹੜੀ ਮੁਹੱਬਤ ਇਹ ਕਿਹੜਾ ਪ੍ਰੇਮ ਸੀ ਉਹ ਤਾਂ ਡਰਾਮਾ ਸੀ ਅਸੀਂ ਇਹਦਾ ਨਾਮ ਬਦਲ ਦੇਣਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਸ਼ੁਕਰ ਹਲੇ ਤੱਕ ਇਹ ਬਚਿਆ ਹੋਇਆ ਟੇਣਾ ਸਾਹਿਬ ਇਹਨੂੰ ਅਜੂਬਾ ਹੀ ਨਹੀਂ ਮੰਨਦੇ ਸੀ ਕਹੀ ਤਾਂ ਟੇਣਾ ਸਾਹਿਬ ਇੱਕ ਮੇਰੀ ਜਾਣਕਾਰੀ 'ਚ ਵਾਅਦਾ ਕਰਿਓ ਕਿਉਂਕਿ ਮੈਂ ਕਦੀ ਤਾਜਮਹਿਲ ਗਈ ਨਹੀਂ ਆ ਮੈਂ ਵੇਖਿਆ ਨਹੀਂ ਉਹਨੂੰ ਅੱਖੀਂ ਕੀ ਉੱਥੇ ਜਦੋਂ ਆਪਾਂ ਜਾਂਦੇ ਆ ਤਾਂ ਟਿਕਟ ਲਗਾਈ ਜਾਂਦੀ ਹੈ ਹਨਾ ਉਹ ਜਿਹੜੇ ਪੈਸੇ ਨੇ ਉਹ ਸਰਕਾਰ ਦੇ ਕੋਲ ਜਾਂਦੇ ਨੇ ਬਿਲਕੁਲ ਸਰਕਾਰ ਦੇ ਕੋਲੇ ਜਾਂਦੇ ਆ ਉਹ ਜੀ ਉਹ ਜਿਹੜਾ ਸੈਰ ਸਪਾਟਾ ਵਿਭਾਗ ਆ ਉਹਦੇ ਕੋਲੇ ਜਾਂਦੇ ਆ ਜੀ ਤੇ ਜੇ ਉਹ ਇੱਕ ਚਿੱਟਾ ਹਾਥੀ ਹੈ ਕਬਰਸਤਾਨ ਹੈ ਉਹਨੂੰ ਅਸੀਂ ਮੰਨਣਾ ਨਹੀਂ ਹੈਗਾ ਉਹ ਤਾਂ ਐਵੇਂ ਡਰਾਮਾ ਸੀ ਏ ਸੀ ਵੋ ਸੀ ਤਾਂ ਫਿਰ ਟਿਕਟ ਕਿਉਂ ਰੱਖੀ ਹੋਈ ਹੈ ਕਹਿ ਦੇਣ ਵੀ ਅਸੀਂ ਤਾਂ ਮਤਲਬ ਇਹ ਸਾਨੂੰ ਪਸੰਦ ਹੀ ਹੈ ਨਹੀਂਗਾ ਇਹ ਤਾਂ ਸਿੱਧਾ ਕਬਰਸਤਾਨ ਹੈ ਤੇ ਇਹਦੇ ਅਸੀਂ ਪੈਸੇ ਵੀ ਨਹੀਂ ਲੈਂਦੇ ਮਨਾ ਕਰ ਦੇਣ ਉਹ ਕਿਉਂ ਲੈ ਰਹੇ ਨੇ ਇਹ ਦੇਖੋ ਹਰਾਨੀ ਦੀਆਂ ਗੱਲਾਂ ਤਾਂ ਹੈਗੀਆਂ ਹੀ ਆ ਇਹ ਪਰੇਸ਼ਾਨੀ ਦੀਆਂ ਗੱਲਾਂ ਵੀ ਆ ਕੋਈ ਕੁਛ ਕਹਿੰਦਾ ਵੀ ਸਾਡੇ ਵਾਲੀ ਮੂਰਤੀ ਹੈ ਜਿਹੜੀ ਉਹ ਸਭ ਤੋਂ ਕਮਾਲ ਆ ਉਹ ਪਹਿਲਾਂ ਮੀ ਪਹਿਲਾਂ ਚੋਣ ਲੱਗ ਜਾਂਦੀ ਆ ਉੱਥੇ 3000 ਕਰੋੜ ਰੁਪਏ ਜਿਹੜਾ ਖਰਚਾ ਲੋਕਾਂ ਦਾ ਉਹਦਾ ਫਿਕਰ ਨਹੀਂ ਤੁਸੀਂ ਤਾਜਮਹਿਲ ਦੇ ਪਿੱਛੇ ਪਏ ਆ ਤੁਸੀਂ ਕੋਈ ਇਹੋ ਜਿਹਾ ਹਸਪਤਾਲ ਬਣਾ ਦਿਓ ਇਹੋ ਜਿਹਾ ਸਕੂਲ ਬਣਾ ਦਿਓ ਇਹੋ ਜਿਹੀ ਕੋਈ ਸੰਸਥਾ ਕੜੀ ਕਰਦੇ ਹੋ ਵੀ ਲੋਕੋ ਨੂੰ ਜਾ ਕੇ ਮੱਥਾ ਟੇਕਣ ਲੱਗ ਜਾਣ ਕਹਿੰਦੇ ਵੀ ਇਹ ਹੈ ਮਨੁੱਖਤਾ ਦੇ ਲਈ ਅਸਲ ਪ੍ਰਤੀ ਤੁਸੀਂ ਆ ਤਾਂ ਕਰਨਾ ਨਹੀਂ ਉਹਦਾ ਨਾਮ ਬਦਲ ਦਿਓ ਤੁਸੀਂ ਚੇਤੇ ਰੱਖਿਓ ਤੁਹਾਡਾ ਨਾਮ ਵੀ ਬਦਲ ਕੇ ਸਰਬਜੀਤ ਕੌਰ ਕਰ ਸਕਦੇ ਇਹ ਕੋ ਮੇਰਾ ਨਾਮ ਭਮਣ ਸਿੰਘ ਕਰ ਦੇਣ ਕੱਲ ਨੂੰ ਆਉ ਸਹੀ ਗੱਲ ਆਪਣੇ ਨਾਂ ਜਿਹੜੇ ਉਹ ਚੇਤਾ ਰੱਖੋ ਕੋਈ ਪਤਾ ਨਹੀਂ ਸਵੇਰ ਉੱਠਦੇ ਆਂ ਕਿਹੜਾ ਮਤਲਬ ਤੁਹਾਡਾ ਨਾਂ ਜਿਹੜਾ ਰੱਖਿਆ ਜਾ ਚੁੱਕਿਆ ਹੋਵੇ ਸੋ ਆਪਾਂ ਆਪਣੇ ਨਾਂ ਚੇਤੇ ਰੱਖੀਏ ਪਰ ਹੁਣ ਜਿਹੜਾ ਤਾਜ ਮਹਿਲ ਹੈ ਨਾ ਇਹ 188 ਦੇ ਨਾਂ ਬਾਅਦ ਅੱਜ ਖੁੱਲਿਆ ਤੇ ਤਾਜ ਮਹਿਲ ਜੇਕਰ ਆਪਾਂ ਪਛਾਣ ਨੂੰ ਝੱਤ ਮਾਰ ਗਏ ਅੱਜ ਤੱਕ ਜਦੋਂ ਤੋਂ ਬਣਿਆ ਤਿੰਨ ਵਾਰ ਬੰਦ ਹੋਇਆ ਸਿਰਫ ਤਿੰਨ ਵਾਰ 1971 ਦੇ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਹੋਈ ਉਦੋਂ 15 ਦਿਨ ਲਈ ਬੰਦ ਹੋਇਆ 1978 ਦੇ ਵਿੱਚ ਹੜ ਆਏ ਉਦੋਂ 8 ਦਿਨ ਦੇ ਲਈ ਇਹਦੇ ਦਰਵਾਜ਼ੇ ਬੰਦ ਹੋਏ ਆ ਹੁਣ ਮਾਰਚ ਮਹੀਨੇ ਤੋਂ ਭਾਰਤ ਦੇ ਵਿੱਚ ਤਾਲਾ ਦੇ ਕਰਕੇ ਇਹਨੂੰ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਸੀ 188 ਦਿਨ ਬੰਦ ਰਹਿਣ ਤੋਂ ਬਾਅਦ ਅੱਜ ਇਹ ਫੇਰ ਖੁੱਲ ਗਿਆ ਤੇ 5000 ਬੰਦਾ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਅੰਦਰ ਜਾਣ ਦੀ ਆਗਿਆ ਹੈਗੀ ਆ ਜੀ ਤੇ ਮਤਲਬ ਯਾਦ ਰੱਖੋ ਹਾਲੇ ਤੱਕ ਨਾਮ তাজਬਹਿਲ ਹੀ ਹੈ ਕੱਲੋ ਕੀ ਹੋ ਜਾਏ ਤਾਂ ਪਤਾ ਨਹੀਂ ਉਹਦੇ ਬਾਰੇ ਚ ਪਰ ਕੋਈ ਗੱਲ ਨਹੀਂ ਬਾਕੀ ਜਿਹੜੇ ਮਸਲੇ ਨੇ ਉਹ ਤਾਂ ਹੱਲ ਕਰ ਲੈਨੇ ਸਰਕਾਰਾਂ ਨੇ ਆ ਵਾਲੇ ਰਹਿ ਗਏ ਸੀ ਨਾਮ ਬਦਲਣ ਵਾਲੇ ਇਹ ਵੀ ਹੌਲੀ ਹੌਲੀ ਉਹ ਕਰ ਲੈਣਗੇ ਤੇ ਸਾਰੇ ਜਿਹੜੇ ਮਸਲੇ ਨੇ ਉਹ ਪਾਸੇ ਹੋ ਜਾਣੇ ਆ ਤੇ ਫੇਰ ਵਖਿਓ ਖੁਸ਼ਹਾਲੀ ਖੁਸ਼ਹਾਲੀ ਹਰ ਪਾਸੇ ਹੋਏਗੀ ਸੋ ਚਿੰਤਾ ਨਾ ਕਰੋ ਖੁਸ਼ਹਾਲੀ ਵੀ ਆਉਣ ਵਾਲੀ ਹੈ ਜਿਵੇਂ ਅੱਛੇ ਦਿਨ ਆਇਸੀ ਬਿਲਕੁਲ ਸਹੀ ਜੀ ਤੇ ਆਪਾਂ ਟਾਣਾ ਸਭ ਚਲ ਗਿਆ ਹੁਣ ਬਿਲਕੁਲ ਜਾਣਾ ਤਾਂ ਆਪਾਂ ਹੈਗਾ ਹੀ ਆ ਪਰ ਆਪਾਂ ਪਿਛਲੇ ਦਿਨੀ ਕਿਉਂਕਿ ਦੋ ਪ੍ਰੋਗਰਾਮ ਆ ਜਿਹੜੇ ਉਹ ਫਨਕਾਰਾਂ ਦੇ ਆਗੇ ਸੀਗੇ ਉਸ ਤੋਂ ਪਹਿਲਾਂ ਗੱਲ ਕੀਤੀ ਸੀਗੀ ਸਰੀਰ ਦੇ ਗਹਿਣਿਆਂ ਦੀ ਹੂੰ ਵੀ ਕਿਹੜੇ ਕਿਹੜੇ ਗਹਿਣੇ ਔਰਤਾਂ ਦੇ ਨਾਲ ਜੁੜੇ ਆ ਤੇ ਬਹੁਤ ਪਸੰਦ ਕਰਦੀਆਂ ਬਹੁਤ ਵੱਡੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਨੂੰ ਦਰਸ਼ਕਾਂ ਨੇ ਲਿਖ ਕੇ ਭੇਜਿਆ ਵੀ ਇੱਕ ਆ ਗਹਿਣਾ ਇੱਕ ਆ ਗਹਿਣਾ ਉਹਨਾਂ ਪੰਜਾਂ ਦਾ ਵੇਰਵਾ ਸਾਂਝਾ ਕਰੀਏ ਜੀ ਪੰਜ ਗਹਿਣੇ ਜਿਹੜੇ ਨੇ ਵੈਸੇ ਤਾਂ ਪੂਰੇ ਜਿਹੜੇ ਕੁੱਲ ਪੰਜ ਗਹਿਣੇ ਉਹ ਤਾਂ ਮੈਨੂੰ ਲੱਗਦਾ ਵੀ ਚੇਤੇ ਰੱਖਣੇ ਸੌਖੇ ਨੇ ਉਹਦੇ ਵਿੱਚ ਆਪਾਂ ਪਿੱਪਲ ਪੱਤੀਆਂ ਕਹਿ ਸਕਦੇ ਆ ਟਿੱਕਾ ਤੇ ਸੱਗੀ ਫੁੱਲ ਆਪਾਂ ਦੱਸ ਚੁੱਕੇ ਸੀ ਉਸ ਤੋਂ ਬਾਅਦ ਵਿੱਚ ਆਪਾਂ ਗਲ ਦਾ ਰਾਣੀ ਹਾਰ ਕਹਿ ਸਕਦੇ ਆ ਝੁੰਬਰ ਸੂਈ ਕਹਿ ਸਕਦੇ ਆ ਝਾਂਜਰਾ ਕਹਿ ਸਕਦੇ ਆ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਗਹਿਣੇ ਨੇ ਜਿਹੜੇ ਜੇ ਕੁੱਲ ਦੱਸਣੇ ਹੁਣ ਜੀ ਨੱਥ ਲੌਂਗ ਜਿਹਨੂੰ ਆਪ ਵਾਲੀਆਂ ਹੋ ਗਈਆਂ ਹੋਰ ਵੀ ਬਹੁਤ ਸਾਰੇ ਗਹਿਣੇ ਨੇ ਬਿਲਕੁਲ ਜੀ ਤੇ ਅੱਜ ਵੀ ਆਪਾਂ ਇੱਕ ਸਵਾਲ ਪਾ ਲਈਏ ਜੀ ਫਫੇ ਕੁੱਟਣੀ ਕੀ ਹੁੰਦਾ ਹਾਂ ਤੇ ਇਹ ਫਫੇ ਕੁੱਟਣੀ ਨਾਲ ਕਿਤਨਾ ਕਿਤੇ ਵਾਹ ਹਰੇਕ ਦਾ ਪਿਆਰ ਹੁੰਦਾ ਹਾਂ ਜੀ ਬਿਲਕੁਲ ਜੀ ਤੇ ਆਪਾਂ ਹੁਣ ਚੱਲੀਏ ਜਾਣਦਾ ਹੋ ਗਿਆ ਜੀ ਵੇਲਾ ਆਪਣੀ ਜ਼ਰੂਰ ਪ੍ਰਤੀਕਿਰਿਆ ਸਾਡੇ ਤੇ ਪਚਾਇਓ ਤੇ ਇਸੇ ਤਰੀਕੇ ਨਾਲ ਹੋਰ ਵੀ ਜਿਹੜੇ ਸਵਾਲ ਨੇ ਉਹ ਅਸੀਂ ਤੁਹਾਡੀ ਕਚੈਰੀ ਦੇ ਵਿੱਚ ਰੱਖਦੇ ਰਹਾਂਗੇ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਇਹਨਾਂ ਗੱਲਾਂ ਦੇ ਬਾਰੇ ਵਿੱਚ ਜ਼ਰੂਰ ਦੱਸਿਆ ਕਰੋ ਸਤਿ ਸ਼੍ਰੀ ਅਕਾਲ ਕੱਲ ਨੂੰ ਫੇਰ ਮਿਲਾਂਗੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ Chunchu dami